नानक पाद बंदन पाद बंदन सिमरो दुख निकंदन गुर अमर हृदय श्री गुरु रामदास गुण गुरुवर जन बिगनन के नाशक बिगनन के हर गोविंद शुभ मत गासक श्री हर राय नमो कर जोरी नमो जोरी श्री हर कृष्ण मना बोरी तेग बहादुर परम कृपाल वाहे गुरु परम कृपाल श्री गुरु गोविंद सिंह विशाल करो तरा पर पुन पुन शीस वाहे गुरु पुन पुन शीस बंदा बार बार जगदीस एकंकार सतगुरु ते प्रसाद सचू वाहे गुरु जी की फतेह बिघ्न विनाशन सोए वाहे गुरु जी की फतेह बिघ्न विनाशन सोए दोएरा अष्टम तन धर श्री गुरु तख्त बिराजे दी मूरत अल्प शरीर हृदय गोड बचली वाहे गुरु जी का खालसा वाहे गुरु जी की फतेह धन धन गुरुदेव जिस संग हर जपे गुर कृपाल जब पए ता अवगुण सब छपे करण कारण कृपा निदान पतत पावन भगत बछल आराथ नाथ जगत गुरु श्री गुरु ग्रंथ साहिब जी महाराज जी दे पवित्र चरणा कमलां च संध्या वेले दे सजे हुए दीवाना च जुड़ बैठी गुरु का खास रूप गुरु खालसा साध संगत जी वड्डे भाग हन नेता प्रति गुरु चरणा विच हाजिर हो के सतगुरां दा पावन इतिहास इतिहास दी लड़ी वार कथा बहुत ही अदब सत्कार श्रद्धा भावना नाल सरवण कर रहे सतवें पातशाह श्री गुरु हर राय साहब जी महाराज जी की कथा जो संपूर्ण हो चुकी है कल दे प्रकरण विच अठवें पातशाह श्री गुरु हर कृष्ण साहब जी महाराज जी की पावन कथा आरंभ हो रही है सतवें गुरुदेव पातशाह ने श्री गुरु हर कृष्ण साहब जी महाराज जी नूं गुरता गद्दी दित्ती पांच पैसे नारियल सतगुरु गुरु हर कृष्ण साहब दे अग्गे रख के तीन परिक्रमा कीतियां नमस्कार कीती है और आप अगले दिन महाराज सतवें पातशाह ने अपना शरीर त्यागया ज्योति जोत समा गए ने पिछों सारी संगत ने सिखा ने रल मिल के कत्तर हो के इकट्ठे हो के सतगुरु गुरु हर राय साहब जी दे शरीर दा अंगीठा तैयार कीता है पर गुरुदेव दा शरीर भी विच अलोप हो गया सने दे सतगुरु सच्चे पातशाह महाराज बैकुंठ गमन कर गए हैं एहो जी लीला सतगुरु गुरु हर राय साहब जी महाराज जी ने वरताई है और ज्योति जोत समा गए हैं सारियां सिखां संगतां दे हिरदयां विच बैराग है
ਜਿਨ੍ਹਾਂ ਦੇ ਹਿਰਦਿਆਂ ਵਿੱਚ ਗੁਰੂ ਸਾਹਿਬ ਜੀ ਦਾ ਅਨੁਰਾਗ ਹੈ, ਪਿਆਰ ਹੈ, ਗੁਰੂ ਸਾਹਿਬ ਦੇ ਗੁਣਾਂ ਨੂੰ ਸਿਮਰ ਸਿਮਰ ਕੇ ਸਭ ਦੇ ਹਿਰਦੇ ਵੈਰਾਗੀ ਹੋ ਰਹੇ ਨੇ, ਪਰ ਆਪਸ ਵਿੱਚ ਇੱਕ ਦੂਜੇ ਨੂੰ ਧੀਰਜ ਵੀ ਦਿੰਦੇ ਨੇ। ਕਹਿੰਦੇ ਗੁਰੂ ਹਰਿਰਾਏ ਸਾਹਿਬ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਰੂਪ ਹੋ ਗਏ ਹਨ। ਇਸ ਕਰਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨਾਂ 'ਚ ਉਹਨਾਂ ਦੇ ਦਰਸ਼ਨ ਕਰੋ। ਤੋ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ ਡਾਕਟਰ ਭਾਈ ਵੀਰ ਸਿੰਘ ਜੀ ਨੇ ਜਿਨ੍ਹਾਂ ਨੂੰ ਅਸ਼ਟਮ ਬਲਬੀਰਾ ਲਿਖਿਆ, ਆਓ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਪਾਵਨ ਕਥਾ ਸਰਵਣ ਕਰੀਏ। ਬਾਲਾ ਪ੍ਰੀਤਮ ਸਤਿਗੁਰਾਂ ਦੇ ਪਾਵਨ ਚਰਨਾਂ ਦਾ ਧਿਆਨ ਹਿਰਦੇ 'ਚ ਧਾਰੀਏ। ਗੂੰਗਿਆਂ ਤੋਂ ਗੀਤਾ ਦੇ ਅਰਥ ਕਰਾਉਣ ਵਾਲੇ ਨੇ ਸਤਿਗੁਰੂ, ਐਸੇ ਪਰਮ ਕਿਰਪਾਲੂ ਸਤਿਗੁਰਾਂ ਨੂੰ ਅਰਦਾਸ ਕਰੀਏ, ਸਤਿਗੁਰੂ ਸਾਨੂੰ ਸਮਤ ਪ੍ਰਦਾਨ ਕਰੋ, ਸੋਝੀ ਬਖਸ਼ੋ ਕਿ ਅਸੀਂ ਆਪ ਜੀ ਦੇ ਪਾਵਨ ਸਿਧਾਂਤ ਨੂੰ, ਫਲਸਫੇ ਨੂੰ ਸਮਝ ਸਕੀਏ। ਸਰਵਣ ਕਰਨ ਤੋਂ ਪਹਿਲਾਂ ਸਮੂਹ ਮਾਈ ਭਾਈ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾਓ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਇਰਾ ਅਸ਼ਟਮ ਤਨ ਧਰ ਸ੍ਰੀ ਗੁਰੂ ਤਖਤ ਬਿਰਾਜੇ ਦੀ, ਅੱਠਵਾਂ ਤਨ ਅੱਠਵਾਂ ਸਰੀਰ ਭਾਵ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਰੂਪ ਵਿੱਚ, ਅੱਠਵੇਂ ਸਰੀਰ ਵਿੱਚ ਸਤਿਗੁਰਾਂ ਨੇ ਸਰੂਪ ਧਾਰਨ ਕੀਤਾ ਹੈ ਔਰ ਗੁਰਤਾ ਗੱਦੀ ਦੇ ਵੱਡੇ ਭਾਰੀ ਤਖਤ ਦੇ ਉੱਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਬਿਰਾਜਮਾਨ ਹੋਏ ਹਨ। ਮੂਰਤ ਅਲਪ ਸਰੀਰ ਰਿਦਾ ਗੁਡ ਬਚਲੀ, ਸਤਿਗੁਰਾਂ ਦਾ ਜੋ ਸਵਰੂਪ ਹੈ ਉਹ ਭਾਵੇਂ ਸਰੀਰ ਕਰਕੇ ਬਾਲ ਰੂਪ ਚ ਨੇ, ਸਰੀਰ ਕਰਕੇ ਬਾਲ ਰੂਪ ਚ ਨੇ, ਪਰ ਅੰਦਰ ਜਿਹੜਾ ਹਿਰਦਾ ਹੈ ਉਹ ਬੜਾ ਗੂੜ ਹੈ। ਅੰਦਰੋਂ ਸਤਿਗੁਰੂ ਸੱਚੇ ਪਾਤਸ਼ਾਹ ਅੰਦਰ ਜਿਹੜੀ ਜੋਤ ਹੈ ਉਹੀ ਹੈ ਜੋ ਗੁਰੂ ਨਾਨਕ ਸਾਹਿਬ ਦੀ ਜੋਤ ਹੈ। ਸਰੀਰ ਛੋਟਾ ਹੈ ਪਰ ਅੰਦਰ ਬੜਾ ਗੂੜ ਸਿਧਾਂਤ ਹੈ, ਹਿਰਦਾ ਗੂੜ ਹੈ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ, ਜਿਨ੍ਹਾਂ ਦੇ ਬਚਨ ਲੀਹ ਹਨ। ਲੀਹ ਦਾ ਮਤਲਬ ਜੋ ਕਹਿ ਦੇਣ ਉਹੀ ਹੁੰਦਾ ਹੈ। ਐਸੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਹਨ। ਸਵਈਆ ਸੁੰਦਰ ਸੂਰਤ ਮਾਦਰੀ ਮੂਰਤੀ ਪਰਤ ਕਾਮਨਾ ਸਿੱਕਨ ਕੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਮੂਰਤ ਬੜੀ ਸੁੰਦਰ ਹੈ, ਮਾਦਰੀ ਮਿੱਠੀ ਤੇ ਸੁੰਦਰ ਮੂਰਤ ਹੈ ਔਰ ਆਪਣੇ ਸਿੱਖਾਂ ਦੇ ਹਿਰਦਿਆਂ ਦੀਆਂ ਕਾਮਨਾਵਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਪੂਰੀਆਂ ਕਰਨ ਵਾਲੇ ਹਨ। ਸ਼ਾਂਤ ਸਰੂਪ ਧਰੇ ਪ੍ਰਭ ਪੂਰਬ, ਸ਼ਾਂਤ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਧਾਰਨ ਕੀਤਾ ਹੈ। ਆਠਮ ਦੇ ਸੁਨੋ ਤਨ ਕੀ, ਅੱਠਵਾਂ ਸਰੀਰ ਹੈ ਸਤਿਗੁਰਾਂ ਦਾ, ਅੱਠਵੇਂ ਸਰੀਰ ਵਿੱਚ ਆ ਕੇ ਸਤਿਗੁਰੂ ਜੀ ਬਿਰਾਜਮਾਨ ਹੋਏ ਨੇ ਔਰ ਇਹ ਸਰੀਰ ਨੌਤਨ ਹੈ, ਨਵਾਂ ਹੈ, ਯਾਨੀ ਕਿ ਬਾਲ ਰੂਪ ਦੇ ਵਿੱਚ ਹਨ। ਜਿਉ ਮੈਂ ਪਾਲਕ ਪੋਸ਼ਿਸ਼ ਕੋ ਤਜ, ਜਿਵੇਂ ਕੋਈ ਰਾਜਾ, ਮਹਿ ਪਾਲਕ ਕਹਿੰਦੇ ਨੇ ਰਾਜੇ ਨੂੰ, ਜਿਵੇਂ ਕੋਈ ਰਾਜਾ ਆਪਣੀ ਪੁਸ਼ਾਕ ਤਜ ਕੇ ਆਪਣੀ ਪਹਿਲੀ ਪੁਸ਼ਾਕ ਤਿਆਗ ਕੇ, ਪੈ ਪਹਿਰੈ ਹਿਤ ਕਾਂਤਨ ਕੇ ਪਾਂਤਨ ਕੀ, ਔਰ ਆਪਣੇ ਸਰੀਰ ਦੇ ਉੱਤੇ ਦੂਸਰੀ ਪੁਸ਼ਾਕ ਧਾਰਨ ਕਰ ਲੈਂਦਾ ਹੈ, ਅਨੇਕ ਪ੍ਰਕਾਰ ਦੇ ਦੂਸਰੇ ਵਸਤਰ ਧਾਰਨ ਕਰ ਲੈਂਦਾ, ਪਰ ਵਿੱਚ ਰਾਜਾ ਨਹੀਂ ਬਦਲਦਾ, ਰਾਜਾ ਨਹੀਂ ਤਬਦੀਲ ਹੁੰਦਾ, ਸਿਰਫ ਪੁਸ਼ਾਕ ਹੀ ਤਬਦੀਲ ਹੁੰਦੀ ਹੈ, ਬਦਲੀ ਜਾਂਦੀ ਹੈ। ਇਨ ਬਿਨ ਇਸੇ ਤਰ੍ਹਾਂ ਸਤਿਗੁਰਾਂ ਨੇ ਅੱਠਵਾਂ ਸਰੀਰ ਬਦਲਿਆ, ਸਿਰਫ ਪੁਸ਼ਾਕ ਬਦਲੀ ਹੈ ਸਰੀਰ ਦੀ, ਅੰਦਰ ਜਿਹੜੀ ਜੋਤ ਹੈ ਉਹ ਉਹੀ ਹੈ ਜੋ ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਅੰਗਦ ਸਾਹਿਬ ਵਿੱਚ ਬਿਰਾਜੀ ਹੈ ਔਰ ਗੁਰੂ ਅੰਗਦ ਸਾਹਿਬ ਤੋਂ ਅੱਗੇ ਸਤਿਗੁਰਾਂ ਦੇ ਵਿੱਚ ਬਿਰਾਜਮਾਨ ਹੁੰਦੀ ਰਹੀ ਹੈ। ਉਹੀ ਜੋਤ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਅੰਦਰ ਬਿਰਾਜਮਾਨ ਹੋਈ ਹੈ। ਸ੍ਰੀ ਹਰਿਕ੍ਰਿਸ਼ਨ ਤਥਾ ਦੁੱਤ ਪਾਵਤ, ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਤਥਾ ਉਸੇ ਤਰ੍ਹਾਂ ਹੀ ਦੁੱਤੀ ਪ੍ਰਾਪਤ ਕਰਕੇ, ਆਭਾ ਤੇ ਕ੍ਰਾਂਤੀ ਨੂੰ ਪ੍ਰਾਪਤ ਕਰਕੇ ਗੱਦੀ ਤੇ ਬੈਠੇ ਹਨ। ਸੰਗਤ ਪ੍ਰੀਤ ਕਰੇ ਮਨ ਕੇ, ਸਾਰੀਆਂ ਸੰਗਤਾਂ ਸਾਰੇ ਸਿੱਖ ਬੜੀ ਭਾਰੀ ਪ੍ਰੀਤ ਕਰਦੇ ਨੇ ਮਨ ਕਰਕੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਨਾਲ। ਗੁਰੂ ਨਾਨਕ ਆਦਿ
ਨਿਸ਼ਚਾ ਮਨ ਤਿਉਂ ਬ੍ਰਹਮ ਗਿਆਨ ਮਹਾਰਸੂਬਾ। ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਆਦਿ ਸਤਿਗੁਰਾਂ ਤੋਂ ਲੈ ਕੇ ਜੈਸਾ ਨਿਸ਼ਚਾ ਸੀ ਮਨ ਵਿੱਚ, ਜਿਹੋ ਜਿਹਾ ਨਿਸ਼ਚਾ ਗੁਰੂ ਨਾਨਕ ਸਾਹਿਬ ਦੇ ਮਨ ਚ ਸੀ, ਉਹੋ ਜਿਹਾ ਹੀ ਨਿਸ਼ਚਾ ਅੱਗੇ ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਵਿੱਚ ਸੀ, ਉਹੀ ਨਿਸ਼ਚਾ ਅੱਗੇ ਗੁਰੂ ਅਰਜਨ ਦੇਵ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰ ਰਾਏ ਸਾਹਿਬ ਵਿੱਚ ਹੈ, ਉਹੀ ਬ੍ਰਹਮ ਦਾ ਨਿਸ਼ਚਾ ਅੱਜ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਮਨ ਵਿੱਚ ਵੀ ਉਸੇ ਤਰ੍ਹਾਂ ਹੈ ਜਿਵੇਂ ਆਦਿ ਗੁਰੂ ਗੁਰੂ ਨਾਨਕ ਸਾਹਿਬ ਦੇ ਅੰਦਰ ਸੀ। ਸਿੱਖ ਸੰਗਤ ਕੇ ਅਗਨਾਸ਼ਨ ਕੋ, ਸਿੱਖ ਸੰਗਤਾਂ ਦੇ ਪਾਪ ਨਾਸ ਕਰਨ ਵਾਲੇ ਹਨ ਸਤਿਗੁਰੂ ਜੀ। ਦਰਸ਼ਨ ਦਿਖਾਏ ਭਰੇ ਦੁੱਖ ਖੋਆ, ਆਪਣੇ ਦਰਸ਼ਨ ਦਿਖਾ ਕੇ, ਆਪਣੇ ਦਰਸ਼ਨ ਦੇ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਆਪਣਿਆਂ ਸੇਵਕਾਂ ਦੇ, ਆਪਣਿਆਂ ਸਿੱਖਾਂ ਦੇ, ਆਪਣੀਆਂ ਸੰਗਤਾਂ ਦੇ ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ ਕਰਨ ਵਾਲੇ ਹਨ। ਪਰ ਪੁੱਤਰ ਗੁਰੂ ਹਰਗੋਬਿੰਦ ਕੋ, ਪੋਤਰੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਗੁਰਤਾ ਕੋ ਪਰ ਸਹਾਰ ਖਰੋਆ, ਗੁਰਤਾ ਗੱਦੀ ਦਾ ਜੋ ਬੜਾ ਵੱਡਾ ਭਾਰ ਹੈ, ਬੜੀ ਵੱਡੀ ਜ਼ਿੰਮੇਵਾਰੀ ਹੈ ਗੁਰਤਾ ਗੱਦੀ ਦੀ, ਉਹ ਜ਼ਿੰਮੇਵਾਰੀ, ਉਹ ਭਾਰ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਪੂਰਨ ਤੌਰ ਤੇ ਸੰਭਾਲਿਆ ਹੈ। ਜਨ ਮੇਲ ਮਸੰਦ ਬਿਲੰਦ ਮਿਲੇ, ਸਾਰੇ ਮਸੰਦ, ਬਹੁਤ ਸਾਰੀਆਂ ਸੰਗਤਾਂ ਜਿਨ੍ਹਾਂ ਨੂੰ ਗੁਰੂ ਹਰਿ ਰਾਏ ਸਾਹਿਬ ਨੇ ਸੱਦੇ ਭੇਜ ਕੇ ਬੁਲਾਇਆ ਸੀ, ਉਹ ਮਸੰਦ ਸਤਿਗੁਰਾਂ ਦੇ ਚਰਨਾਂ ਵਿੱਚ ਹੀ ਨੇ, ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਚ ਮਿਲੇ ਹੋਏ ਨੇ। ਜਿਵੇਂ ਸ਼੍ਰੀ ਹਰਿ ਰਾਏ ਸਭੈ ਤਿਮ ਜੁਵਾ, ਕਹਿੰਦੇ ਜਿਵੇਂ ਗੁਰੂ ਹਰਿ ਰਾਏ ਸਾਹਿਬ ਨੂੰ ਵੇਖਦੇ ਸਨ ਸਿੱਖ, ਇਸੇ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰਦੇ। ਗੁਰੂ ਹਰਿਕ੍ਰਿਸ਼ਨ ਤੇ ਗੁਰੂ ਹਰਿ ਰਾਏ ਸਾਹਿਬ ਚ ਭੇਦ ਨਹੀਂ ਸਮਝਦੇ, ਦੋਹਾਂ ਨੂੰ ਇੱਕ ਮਿਕ ਕਰਕੇ ਜਾਣਦੇ ਨੇ। ਗੁਰੂ ਹਰਿ ਰਾਏ ਸਾਹਿਬ ਦਾ ਵੀ ਹੁਕਮ ਸੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਕਿ ਸਾਡੇ ਵਿੱਚ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਵਿੱਚ ਕੋਈ ਭੇਦ, ਕੋਈ ਫਰਕ ਨਹੀਂ ਜਾਣਨਾ। ਨਿਜ ਪਾਸ ਕਰੈ ਅਰਦਾਸ ਤਿਸੀ ਬਿਦ, ਉਸੇ ਤਰ੍ਹਾਂ ਜਿਵੇਂ ਗੁਰੂ ਹਰਿ ਰਾਏ ਸਾਹਿਬ ਕੋਲ ਸਿੱਖ ਅਰਦਾਸਾਂ ਕਰਦੇ ਸਨ, ਉਸੇ ਤਰੀਕੇ ਨਾਲ, ਉਸੇ ਵਿਧੀ ਨਾਲ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਕੋਲ ਸਿੱਖ ਅਰਦਾਸਾਂ ਕਰਦੇ ਹਨ। ਪਾਇਨ ਪੰਕਜ ਸੀਸ ਨਿਵਾਵੈ, ਸਤਿਗੁਰੂ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਦੇ ਉੱਤੇ ਬੜੀ ਸ਼ਰਧਾ ਭਾਵਨਾ ਤੇ ਆਸਥਾ ਦੇ ਨਾਲ ਸੀਸ ਝੁਕਾਉਂਦੇ ਨੇ ਸਿੱਖ। ਗਨ ਆਨ ਉਪਾਇਨ ਕੋ ਅਰਪੈ, ਅਨੇਕਾਂ ਪ੍ਰਕਾਰ ਦੀਆਂ ਪਿਟਾਵਾਂ, ਅਨੇਕ ਪ੍ਰਕਾਰ ਦੀਆਂ ਵਸਤੂਆਂ ਮਹਾਰਾਜ ਜੀ ਦੇ ਚਰਨਾਂ ਵਿੱਚ ਲਿਆ ਕੇ ਅਰਪਣ ਕਰਦੇ ਨੇ, ਭੇਟ ਕਰਦੇ ਹਨ। ਮਨ ਕਾਮਨਾ ਆਪੇ ਅਨੇਕ ਉਠਾਵੈ, ਔਰ ਅਨੇਕ ਪ੍ਰਕਾਰ ਦੀਆਂ ਮਨ ਦੀਆਂ ਕਾਮਨਾਵਾਂ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਜ਼ਾਹਰ ਕਰਦੇ ਨੇ, ਔਰ ਜਿਹੜੀ ਜਿਹੜੀ ਕਾਮਨਾ ਧਾਰ ਕੇ ਸਿੱਖ ਆਉਂਦੇ ਨੇ ਉਹ ਕਾਮਨਾ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਪੂਰੀ ਕਰਦੇ ਹਨ। ਸਮੁਦਾਏ ਸਦਾ ਮਨ ਬਾਂਚਿਤ ਪਾਵਤ, ਹਜ਼ਾਰਾਂ ਦੀ ਗਿਣਤੀ ਦਾ ਸਮੁਦਾਏ ਸੰਗਤਾਂ ਦਾ ਚੱਲ ਕੇ ਆਉਂਦਾ ਹੈ, ਜੋ ਮੰਗਦੇ ਨੇ ਸਤਿਗੁਰਾਂ ਦੇ ਕੋਲੋਂ ਪ੍ਰਾਪਤ ਹੁੰਦਾ ਹੈ। ਜਿਉ ਤਰ ਭਾਵਨਾ ਕੋਟੇ ਗਿਆ ਵੈ, ਜਿਹੋ ਜੀ ਭਾਵਨਾ ਧਾਰ ਕੇ ਆਉਂਦੇ ਸਤਿਗੁਰੂ ਜੀ ਉਹੋ ਜੀ ਭਾਵਨਾ ਪੂਰੀ ਕਰਦੇ ਨੇ। ਜੈਸੀ ਮਨਸਾ ਤੈਸੀ ਦਸ਼ਾ, ਜਿਹੋ ਜੀ ਕਿਸੇ ਦੀ ਮਨ ਦੀ ਭਾਵਨਾ, ਉਹਦੀ ਮਨ ਦੀ ਭਾਵਨਾ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਭਾਵਨਾਵਾਂ ਪੂਰੀਆਂ ਕਰਦੇ ਨੇ। ਨਿਜ ਸਿੱਖਣ ਕੀ ਬਹੁ ਸ਼੍ਰੇ ਕਰੈ, ਆਪਣਿਆਂ ਸਿੱਖਾਂ ਦੀ ਬਹੁਤ ਸ਼੍ਰੇ ਕਰਦੇ ਨੇ, ਕਲਿਆਣ ਕਰਦੇ ਨੇ, ਆਪਣੇ ਬਹੁਤ ਸਾਰੇ ਸਿੱਖਾਂ ਨੂੰ ਜੀਵਨ ਮੁਕਤ ਅਵਸਥਾ ਦੀ ਦਾਤ ਬਖਸ਼ਿਸ਼ ਰਹੇ ਨੇ। ਉਪਦੇਸ਼ਿਤ ਗਿਆਨ ਕੋ ਭੇਵ ਜਨਾਵੈ, ਉਪਦੇਸ਼ ਦੇ ਕੇ ਗਿਆਨ ਦਾ ਆਪਣੇ ਨਿਜ ਸਰੂਪ ਦਾ ਭੇਦ ਦਰਸਾਉਂਦੇ ਨੇ ਕਿ ਭਾਈ ਤੁਹਾਡਾ ਨਿਜ ਸਰੂਪ ਕੀ ਹੈ, ਆਤਮਾ ਕੀ ਹੈ, ਪਰਮਾਤਮਾ ਕੀ ਹੈ, ਉਹ ਸਾਰਾ ਸਰੂਪ ਆਪਣਾ ਪਵਿੱਤਰ ਉਪਦੇਸ਼ ਦੇ ਕੇ ਮਹਾਰਾਜ ਜੀ ਜਣਾਉਂਦੇ ਹਨ। ਕਬਿਤ ਦੁੱਖ ਹਰ ਲੇਤ ਸਿੱਖ ਬਾਂਚਿਤ ਕੋ ਦੇਤ ਗੁਰ, ਸਤਿਗੁਰੂ ਜੀ ਦੁੱਖ ਹਰ ਲੈਂਦੇ ਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਜਿਹੜੇ ਸਿੱਖ ਵੱਲ ਵੇਖਦੇ ਨੇ ਉਹਦੇ ਦੁੱਖ ਹਰ ਲੈਂਦੇ ਨੇ, ਔਰ ਜੋ ਸਿੱਖ ਮੰਗਦੇ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਿੰਦੇ ਹਨ। ਸਤਨਾਮ ਹੇਤ ਲਾਏ ਚੇਤਨਾ ਚਿਤਾਵੇ, ਮਹਾਰਾਜ ਜੀ ਸੱਚੇ ਨਾਮ ਨਾਲ ਪ੍ਰੇਮ ਪਾਉਂਦੇ ਨੇ ਸਿੱਖਾਂ ਦੇ ਅੰਦਰ,
कि भाई नाम नल प्रीत करो, नाम नल हेत करो, और नाम नल हेत करदिया गुरसिखां दे अंदर जिहड़ी चेतनता है उस चेतनता नूं याद करवाउंदे ने, सिमराउंदे ने कि भाई तुहाडे अंदर जिहड़ी चेतनता है ਉਹ ਪਰਮਾਤਮਾ ਦੀ ਚੇਤਨਤਾ ਹੈ। ਮਨ ਕੇ ਵਿਕਾਰ ਨਾਸ਼ ਕਰੈ ਇੱਕ ਬਾਰ ਗਨ। ਸਤਿਗੁਰੂ ਜੀ ਇੱਕੋ ਵੇਰੀ ਆਪਣਿਆਂ ਸੇਵਕਾਂ ਦੇ ਮਨਾਂ ਦੇ ਵਿਕਾਰ ਨਾਸ਼ ਕਰ ਦਿੰਦੇ ਨੇ, ਜਿਹਦੇ ਵੱਲ ਵੇਖਦੇ ਨੇ ਕਿਰਪਾ ਭਰੀ ਨਿਗਾਹ ਨਾਲ, ਬਸ ਉਹਦੇ ਮਨ ਦੇ ਸਾਰੇ ਵਿਕਾਰ ਸਤਿਗੁਰੂ ਜੀ ਹਰ ਲੈਂਦੇ ਹਨ। ਧੀਰਜ ਧਰਮ ਦਇਆ ਗਨ ਤੋ ਵਧਾਵਈ। ਸਤਿਗੁਰੂ ਜੀ ਧੀਰਜ ਦੇ ਧਾਰਨੀ ਨੇ ਔਰ ਆਪਣੇ ਸਿੱਖਾਂ ਅੰਦਰ ਧੀਰਜ ਪੈਦਾ ਕਰਦੇ ਨੇ, ਧਰਮ ਦੇ ਧਾਰਨੀ ਬਣਾਉਂਦੇ ਨੇ, ਦਇਆ ਆਦਿਕ ਜਿਹੜੇ ਸ਼ੁਭ ਗੁਣ ਨੇ ਉਹ ਸ਼ੁਭ ਗੁਣ ਆਪਣੇ ਸਿੱਖਾਂ ਵਿੱਚ ਵਧਾਉਂਦੇ ਹਨ। ਸਮਤਾ ਸੰਤੋਖ ਸੋ ਸੰਤੋਖ ਸਿੰਘ ਰਿਦੇ ਬਾਸ। ਸਮਤਾ ਸੰਤੋਖ, ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹ ਸਤਿਗੁਰੂ ਜੀ ਆਪਣੇ ਸਿੱਖਾਂ ਦੇ ਹਿਰਦਿਆਂ ਵਿੱਚ ਇਹੋ ਜਿਹੀ ਬਿਰਤੀ ਵਸਾਉਂਦੇ ਨੇ। ਸਮਤਾ ਦੀ ਬਿਰਤੀ ਹੁੰਦੀ ਸਮ ਬਿਰਤੀ ਰੱਖਣੀ, ਕਿ ਜਿੱਥੇ ਹਰ ਇੱਕ ਸੋਗ ਮਾਨ ਅਪਮਾਨ ਨਿੰਦਾ ਉਸਤਤ ਸਭ ਇੱਕ ਸਮਾਨ ਹੀ ਪ੍ਰਤੀਤ ਹੋਣ, ਐਸੀ ਸਮ ਦ੍ਰਿਸ਼ਟੀ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਆਪਣੇ ਸਿੱਖਾਂ ਦੇ ਹਿਰਦਿਆਂ ਵਿੱਚ ਵਾਸਾ ਕਰਾਉਂਦੇ ਨੇ। ਸਿੱਖੀ ਕੋ ਪ੍ਰਕਾਸ਼ ਨੀਕੇ ਸੁਗਮ ਬਤਾਵਈ। ਸਿੱਖੀ ਦਾ ਪ੍ਰਕਾਸ਼ ਕਰਕੇ ਸਤਿਗੁਰੂ ਜੀ ਬੜੇ ਸੌਖੇ ਢੰਗ ਨਾਲ ਪਰਮਾਰਥ ਦੇ ਰਸਤੇ ਦਾ ਪੰਧ ਹੀ ਬਣਾਉਂਦੇ ਨੇ ਆਪਣੇ ਸਿੱਖਾਂ ਨੂੰ। ਗਿਆਨ ਸਿੱਖ ਆਪਣੋ ਹਰਤ ਤੀਨ ਤਾਪਨੋ। ਆਪਣੇ ਸਿੱਖ ਜਾਣ ਕੇ ਕਿ ਮੇਰੇ ਪਿਆਰੇ ਸਿੱਖ ਨੇ, ਸੇਵਕ ਨੇ, ਆਪਣੇ ਸਿੱਖ ਜਾਣ ਕੇ ਉਹਨਾਂ ਦੇ ਤਿੰਨਾਂ ਤਾਪਾਂ ਨੂੰ ਹਰ ਲੈਂਦੇ ਨੇ। ਤਿੰਨ ਤਾਪ ਹੁੰਦੇ ਨੇ, ਆਦੀ ਵਿਆਦੀ ਤੇ ਉਪਾਧੀ। ਸਤਿਗੁਰੂ ਜੀ ਤਿੰਨੇ ਤਾਪ ਹੀ ਹਰ ਲੈਂਦੇ ਨੇ। ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਤਾਕੋ ਬਿਘਨ ਨ ਕੋਉ ਲਾਗੈ ਜਾਂ ਕੀ ਪ੍ਰਭ ਆਗੈ ਅਰਦਾਸ। ਸਤਿਗੁਰਾਂ ਦੇ ਚਰਨਾਂ 'ਚ ਜਿਹੜੇ ਸਿੱਖ ਅਰਦਾਸਾਂ ਰਜੋਈਆਂ ਕਰਦੇ ਨੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਵਿਆਪਦਾ, ਤਿੰਨੇ ਤਾਪ ਉਹਨਾਂ ਦੇ ਸਤਿਗੁਰੂ ਜੀ ਨਿਵਾਰ ਦਿੰਦੇ ਨੇ। ਬਿਨਾਂ ਹੀ ਤਪ ਤਾਪ ਨੂੰ ਸੁਫਲ ਮਾ ਪਾਵਈ। ਬਿਨਾਂ ਤਪੱਸਿਆ ਤੋਂ, ਗੁਰਸਿੱਖਾਂ ਨੂੰ ਤਪੱਸਿਆ ਨਹੀਂ ਕਰਨੀ ਪੈਂਦੀ, ਬਿਨਾਂ ਤਪ ਤਪੱਸਿਆ ਕੀਤਿਆਂ ਗੁਰਸਿੱਖਾਂ ਨੂੰ ਸ੍ਰੇਸ਼ਟ ਤੇ ਵਰ ਫਲ ਪ੍ਰਾਪਤ ਹੋ ਰਹੇ ਨੇ। ਬਿਨਾਂ ਤਪੱਸਿਆ ਤੋਂ ਹੀ ਬਹੁਤ ਸਾਰੇ ਫਲ, ਮਹਾਨ ਫਲਾਂ ਦੀ ਪ੍ਰਾਪਤੀ ਹੋ ਰਹੀ ਹੈ। ਆਏ ਦੇਸ਼ ਦੇਸ਼ ਤੇ ਵਿਸ਼ੇਸ਼ ਭੇਟ ਦੇ ਨਿਜ। ਦੇਸ਼ਾਂ ਦੇਸ਼ਾਂਤਰਾਂ ਤੋਂ ਵਿਸ਼ੇਸ਼ ਸਿੱਖ ਆਉਂਦੇ ਨੇ, ਅਨਕ ਪ੍ਰਕਾਰ ਦੀਆਂ ਵਿਸ਼ੇਸ਼ ਭੇਟਾਵਾਂ ਸਤਿਗੁਰਾਂ ਦੇ ਚਰਨਾਂ 'ਚ ਭੇਟ ਕਰਦੇ ਹਨ। ਦਰਸ ਅਸ਼ੇਸ਼ ਲੇ ਕਲੇਸ਼ਨ ਬਿਨਾਸਤੇ। ਸਤਿਗੁਰਾਂ ਦੇ ਪਵਿੱਤਰ ਦਰਸ਼ਨ ਕਰਕੇ ਕਲੇਸ਼ਾਂ ਦਾ ਵਿਨਾਸ਼ ਕਰਦੇ ਹਨ। ਆਪਣੇ ਅੰਦਰ ਜਿਹੜੇ ਕਲੇਸ਼ ਨੇ, ਵਿਘਨ ਨੇ, ਉਹਨਾਂ ਕਲੇਸ਼ਾਂ ਤੇ ਵਿਘਨਾਂ ਦਾ ਨਾਸ਼ ਕਰਦੇ ਹਨ। ਪਸਰਿਓ ਸੁਜਾਸੇ ਜਹਾਂ ਕਾ ਸਭ ਲੋਕ ਕਰੈ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ। ਸਤਿਗੁਰੂ ਸੱਚੇ ਪਾਤਸ਼ਾਹ ਦਾ ਸੁਜਸ ਦੇਸ਼ਾਂ ਵਿਦੇਸ਼ਾਂ ਵਿੱਚ ਪਸਰਨ ਲੱਗਾ ਹੈ। ਹਰ ਜਗ੍ਹਾ ਤੇ ਹਰ ਥਾਂ ਤੇ ਮਹਾਰਾਜ ਜੀ ਦਾ ਸੁਜਸ ਪਸਰਦਾ ਹੈ। ਸਾਰੇ ਲੋਕ ਮਹਾਰਾਜ ਸੱਚੇ ਪਾਤਸ਼ਾਹ ਦਾ ਸੁਜਸ ਕਰਦੇ ਹਨ। ਬਾਲਕ ਸਰੂਪ ਤੇਜ ਅਧਿਕ ਪ੍ਰਕਾਸ਼ਿਤੇ। ਬਾਲਕ ਸਰੂਪ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ, ਬਾਲ ਰੂਪ ਚ ਨੇ, ਪਰ ਬਾਲਕ ਸਰੀਰ ਹੋਣ ਦੇ ਬਾਵਜੂਦ ਅੰਦਰ ਪ੍ਰਕਾਸ਼ ਬੜਾ ਵੱਡਾ ਹੈ, ਅੰਦਰ ਜੋਤ ਬੜੀ ਵੱਡੀ ਹੈ। ਉਹ ਜੋਤ ਜਿਹੜੀ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਜੋਤ ਹੈ, ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਵਿੱਚ ਪ੍ਰਕਾਸ਼ਮਾਨ ਹੋ ਰਹੀ ਹੈ। ਧਰਾ ਸਿੰਧ ਮੇਖਲਾ ਸਕਲ ਥਾਨ ਮਨ ਮਨ। ਜਿੰਨੀ ਧਰਤੀ ਹੈ ਸਮੁੰਦਰ ਤਾਂ ਹੀ ਸਮੁੰਦਰ ਨੇ, ਜਿੱਥੇ ਮੇਖਲਾ ਤੜਾਗੀ ਬਣਾਈ ਹੋਈ ਹੈ ਧਰਤੀ ਦੇ ਆਲੇ ਦੁਆਲੇ, ਜਿੰਨੇ ਟਾਪੂ ਆਦਿਕ ਨੇ, ਸਾਰਿਆਂ ਥਾਵਾਂ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਮਨ ਕਰਕੇ ਸਿੱਖ ਮੰਨਦੇ ਹਨ। ਅਨੰਤ ਮਨੋਤ ਕੋ ਮਨੋਰਥ ਕੇ ਵਾਸਤੇ। ਮਨੋਤਾਂ ਮੰਨ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸੁਖਣਾ ਸੁਖਦੇ ਨੇ। ਜੋ ਸੁਖਣਾ ਸੁਖਦੇ ਨੇ, ਜਦੋਂ ਮਨੋਰਥ ਪੂਰੇ ਹੁੰਦੇ ਨੇ, ਫਿਰ ਉਹ ਸੁਖਣਾ ਪੂਰੀਆਂ ਕਰਨ ਵਾਸਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦੇ ਹਨ। ਭੀਰ ਆਸ ਪਾਸ ਤੇ ਨਾ ਤਿਆਗੈ ਸੁਖ ਆਸ ਤੇ। ਆਸ ਪਾਸ ਸਤਿਗੁਰਾਂ ਦੇ ਭੀੜ ਰਹਿੰਦੀ ਹੈ ਸਿੱਖਾਂ ਦੀ, ਬਹੁਤ ਸਾਰੀ ਸੰਗਤ ਆਲੇ ਦੁਆਲੇ ਹੈ ਮਹਾਰਾਜ ਜੀ ਦੇ,
ਤੇ ਕਹਿੰਦੇ ਸੁੱਖ ਦੀ ਆਸ ਕਰਕੇ ਸਤਿਗੁਰਾਂ ਦਾ ਸੰਗ ਨਹੀਂ ਤਿਆਗਦੇ ਸਿੱਖ। ਉਹਨਾਂ ਦਾ ਚਿੱਤ ਕਰਦਾ ਕਿ ਹਰ ਵੇਲੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਸਤਿਗੁਰਾਂ ਦੀ ਸੰਗਤ ਵਿੱਚ ਹੀ ਰਹੀਏ। ਸ਼ਬਦ ਕੇ ਬਿਲਾਸ ਤੇ ਭਗਤ ਮੈਂ ਉਲਾਸ ਤੇ, ਸ਼ਬਦ ਦੇ ਬਿਲਾਸ ਕਰਕੇ ਆਪਣੇ ਅੰਦਰੋਂ ਭਗਤੀ ਨੂੰ ਉਲਾਸਦੇ ਹਨ। ਭਗਤੀ ਤੇ ਭਾਵਨਾ ਧਾਰਨ ਕਰਕੇ ਗੁਰੂ ਸਾਹਿਬ ਜੀ ਦੀ ਦਿੱਤੀ ਭਗਤੀ ਦੇ ਰੰਗ ਵਿੱਚ ਰੰਗੇ ਜਾ ਰਹੇ ਨੇ। ਗੁਰੂ ਹਰਿਕ੍ਰਿਸ਼ਨ ਬਿਦਤ ਪਏ ਪੁਰਪੁਰ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਗਰ ਨਗਰ ਵਿੱਚ ਬਿਦਤ ਹੋ ਗਏ ਨੇ। ਹਰ ਜਗ੍ਹਾ ਤੇ ਹਰ ਥਾਂ ਤੇ ਸਤਿਗੁਰੂ ਜੀ ਪ੍ਰਗਟ ਹੋ ਗਏ ਹਨ। ਸੰਗਤਾਂ ਅਨੇਕ ਇੱਕ ਆਵੇ ਇੱਕ ਜਾਤ ਹੈ, ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਆਉਂਦੀਆਂ ਨੇ, ਕਾ ਰਹੇ ਨੇ ਇੱਕ ਸਤਿਗੁਰਾਂ ਦੇ ਦਰਸ਼ਨ ਪਰਸ ਕੇ ਜਾ ਰਹੇ ਨੇ। ਕੀਰਤ ਭਗਤ ਦੁਖ ਹਰਤ ਦਰਸ ਕਰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਕਰਦੇ ਨੇ ਔਰ ਦਰਸ਼ਨ ਕਰਕੇ ਦੁਖੀ ਹਰੇ ਜਾਂਦੇ ਨੇ। ਜਿਸ ਡਿੱਠੇ ਸਭ ਦੁੱਖ ਜਾਏ, ਸਤਿਗੁਰਾਂ ਦੇ ਦਰਸ਼ਨ ਕਰਨੇ ਮਾਤਰ ਨਾਲ ਹੀ ਦੁੱਖਾਂ ਦੀ ਨਿਵਰਤੀ ਹੋ ਰਹੀ ਹੈ। ਪਰਮ ਪ੍ਰਸੰਨਤਾ ਘੋਰ ਉਪਜਾਤੇ, ਗੁਰਸਿੱਖ ਆਪਣੇ ਹਿਰਦੇ ਚ ਸ੍ਰੇਸ਼ਟ ਪ੍ਰਸੰਨਤਾ ਨੂੰ ਉਪਜਾਉਂਦੇ ਨੇ, ਪ੍ਰੇਮ ਪੈਦਾ ਕਰਦੇ ਨੇ ਗੁਰੂ ਸਾਹਿਬ ਜੀ ਪ੍ਰਤੀ। ਜੇਵਰ ਜਰਾਵ ਜਰਿਓ ਜ਼ਹਰ ਜਗਤ ਜੋਤ, ਬੜੇ ਬੜੇ ਕੀਮਤੀ ਜੇਵਰ ਜਿਨ੍ਹਾਂ ਚ ਜੜਾਊ ਜੜੇ ਹੋਏ ਨੇ, ਜਿਹੜੇ ਸਾਰੇ ਜਗਤ ਵਿੱਚ ਜ਼ਾਹਰ ਪ੍ਰਗਟ ਹਨ। ਅਜਾਇਬ ਜਬਰ ਜਾਣੇ ਜਾਤ, ਇਹੋ ਜਿਹੜੇ ਕੀਮਤੀ ਅਜਾਇਬ ਜਬਰ ਜ਼ਬੇਹਰ ਜਵਾਹਰਾਤ ਨੇ, ਉਹ ਸਤਿਗੁਰਾਂ ਦੇ ਚਰਨਾਂ ਵਿੱਚ ਲਿਆ ਕੇ ਸਿੱਖ ਭੇਟ ਕਰਦੇ, ਮਹਾਰਾਜ ਜੀ ਸਰੀਰ ਤੇ ਧਾਰਦੇ ਨੇ। ਗਿਆਨ ਅਵਦਾਤ ਆਨੰਦ ਤੇ ਆਨੰਦ ਉਮਗਾਤ, ਸਤਿਗੁਰੂ ਜੀ ਗਿਆਨ ਦੀ ਦਾਤ ਦਿੰਦੇ ਹਨ ਔਰ ਆਪਣੇ ਸਿੱਖਾਂ ਦੇ ਹਿਰਦਿਆਂ ਵਿੱਚ ਪਰਮ ਆਨੰਦ ਪੈਦਾ ਕਰਦੇ ਹਨ। ਬਿਲੰਦ ਸਭ ਭਾਂਤ ਹੈ ਮਨਾਵੇ ਸਭ ਜਾਤ ਹੈ, ਬਿਲੰਦ ਨੇ ਸਰਬ ਭਾਂਤ ਕਰਕੇ ਵੱਡੇ ਹਨ ਔਰ ਸਾਰੀਆਂ ਜਾਤਾਂ ਦੇ ਸਾਰਿਆਂ ਧਰਮਾਂ ਤੇ ਸਾਰਿਆਂ ਮਜ਼ਹਬਾਂ ਦੇ ਪੂਜਨੀਕ ਹਨ। ਦੋਏਰਾ ਕਿਤਕ ਕਾਲ ਬੀਤਤ ਬਯੋ, ਗੁਰਤਾ ਲਗੋ ਸਭ ਦੀਨ, ਕਹਿੰਦੇ ਇਸੇ ਤਰ੍ਹਾਂ ਕੁਝ ਸਮਾਂ ਬਤੀਤ ਹੋਇਆ, ਸਭ ਪਾਸੇ ਗੱਲ ਪ੍ਰਗਟ ਹੋਈ ਹੈ ਕਿ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਛੋਟੇ ਸਪੁੱਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ ਹੈ। ਰਾਮ ਰਾਏ ਬੜ ਪੁੱਤਰ ਸੁਣ ਪਛਤਾਵਤ ਮਨ ਦੀਨ, ਸਤਿਗੁਰਾਂ ਦਾ ਵੱਡਾ ਸਾਹਿਬਜ਼ਾਦਾ ਬਾਬਾ ਰਾਮ ਰਾਏ, ਉਹਦੇ ਮਨ ਦੇ ਵਿੱਚ ਬੜਾ ਪਛਤਾਵਾ ਹੁੰਦਾ ਕਿ ਗੁਰਤਾ ਗੱਦੀ ਮੈਨੂੰ ਨਹੀਂ ਮਿਲੀ, ਮੇਰੇ ਤੋਂ ਛੋਟੇ ਨੂੰ ਗੁਰੂ ਹਰਿਰਾਏ ਸਾਹਿਬ ਨੇ ਪਿਤਾ ਜੀ ਨੇ ਗੁਰਤਾ ਗੱਦੀ ਦੇ ਦਿੱਤੀ ਹੈ, ਮੈਨੂੰ ਗੁਰਤਾ ਗੱਦੀ ਨਹੀਂ ਦਿੱਤੀ। ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਆਪਣੇ ਮਨ ਚ ਦੀਨ ਤੇ ਨਿਮਾਣੇ ਜੇ ਬਣੇ ਹੁੰਦੇ ਪਛਤਾਉਂਦੇ ਨੇ। ਦੇਖੋ ਕਹਾ ਇਹ ਬਾਤ ਭਈ ਪਹਿਲੇ ਮੁਝ ਕੋ ਬੋ ਦੇ ਵਡਿਆਏ, ਬਾਬਾ ਰਾਮ ਰਾਏ ਜੀ ਆਪਣੇ ਸੰਗੀਆਂ ਨਾਲ ਗੱਲਾਂ ਕਰਦੇ ਨੇ, ਕਹਿੰਦੇ ਵੇਖੋ ਇਹ ਕਿਹੋ ਜੀ ਗੱਲ ਹੋਈ ਹੈ ਕਿ ਪਹਿਲਾਂ ਪਿਤਾ ਜੀ ਨੇ ਮੈਨੂੰ ਵਡਿਆਈ ਦਿੱਤੀ, ਪਹਿਲਾਂ ਪਿਤਾ ਗੁਰੂ ਜੀ ਨੇ ਗੁਰੂ ਹਰਿਰਾਏ ਸਾਹਿਬ ਨੇ ਮੈਨੂੰ ਕਿੱਡੀ ਵਡਿਆਈ ਦਿੱਤੀ, ਕਿੱਡੇ ਵੱਡੇ ਰੁਤਬੇ ਦਿੱਤੇ, ਕਿੱਡੀਆਂ ਕਰਾਮਾਤਾਂ ਆਜ਼ਮਤਾਂ ਸ਼ਕਤੀਆਂ ਮੈਨੂੰ ਪ੍ਰਦਾਨ ਕੀਤੀਆਂ, ਪਹਿਲਾਂ ਪਿਤਾ ਜੀ ਨੇ ਮੈਨੂੰ ਸਰਵ ਪ੍ਰਕਾਰ ਕਰਕੇ ਵਡਿਆਈ ਦਿੱਤੀ ਹੈ। ਮਾਤ ਪੈ ਹਾਥ ਧਰਿਓ ਹਿਤ ਸਾਥ, ਕਿੰਨੇ ਹਿੱਤ ਨਾਲ ਜਦੋਂ ਮੈਨੂੰ ਦਿੱਲੀ ਟੋਰਿਆ ਬਾਦਸ਼ਾਹ ਔਰੰਗਜ਼ੇਬ ਵੱਲ, ਤੇ ਕਿੰਨੇ ਹਿੱਤ ਨਾਲ ਕਿੰਨੇ ਪਿਆਰ ਨਾਲ ਪਿਤਾ ਜੀ ਨੇ ਮੇਰੇ ਸਿਰ ਤੇ ਹੱਥ ਧਰ ਕੇ ਟੋਰਿਆ, ਕਰਿਓ ਸਮਰੱਥ ਲਖਿਓ ਸਮਦਾਏ, ਔਰ ਮੈਨੂੰ ਹਰ ਪ੍ਰਕਾਰ ਨਾਲ ਸਮਰੱਥ ਕਰ ਦਿੱਤਾ, ਹਰ ਪ੍ਰਕਾਰ ਨਾਲ ਮੇਰੇ ਸਿਰ ਤੇ ਹੱਥ ਧਰ ਕੇ ਮੈਨੂੰ ਸਮਰੱਥ ਬਣਾ ਦਿੱਤਾ। ਕੀਨ ਕਿਰਪਾ ਸ਼ਕਤੀ ਬੜ ਦੀਨ, ਮੇਰੇ ਤੇ ਕਿਰਪਾ ਕਰਕੇ ਮੈਨੂੰ ਵੱਡੀਆਂ ਸ਼ਕਤੀਆਂ ਤੇ ਤਾਕਤਾਂ ਦਿੱਤੀਆਂ ਪਿਤਾ ਜੀ ਨੇ। ਜਥਾ ਕਹਿ ਬਾਗ ਦਿੱਤਾ ਹੋਏ ਜਾਏ, ਇੱਥੋਂ ਤੱਕ ਵਰ ਦਿੱਤਾ ਕਿ ਜੋ ਤੂੰ ਰਸਨਾ ਤੋਂ ਬਚਨ ਕਰੇਗਾ ਹੋ ਜਾਏਗਾ, ਤੇਰੀ ਰਸਨਾ ਤੇ ਅਸੀਂ ਵਸਾਂਗੇ, ਇੰਨੇ ਵੱਡੇ ਵਰ ਪਿਤਾ ਜੀ ਨੇ ਮੈਨੂੰ ਦਿੱਤੇ, ਆਖਿਆ ਜੋ ਤੂੰ ਰਸਨਾ ਤੋਂ ਕਹੇਗਾ ਪੂਰਾ ਹੋਵੇਗਾ। ਆਪ ਪ੍ਰਸੰਨ ਹੈ ਮੋਏ ਪਠਿਓਇਤ, ਆਪ ਪ੍ਰਸੰਨ ਹੋ ਕੇ ਪਿਤਾ ਜੀ ਨੇ ਆਪ ਕਿਰਪਾ ਦੇ ਘਰ ਵਿੱਚ ਆ ਕੇ ਮੈਨੂੰ ਇੱਥੇ ਭੇਜਿਆ ਹੈ। ਸੰਗਤ ਸਿੱਖ ਸੰਗ ਰਲਾਏ, ਕਿੰਨੀਆਂ ਸੰਗਤਾਂ ਤੇ ਸਿੱਖ ਮੈਂ ਇੱਥੇ ਆ ਕੇ ਆਪਣੇ ਨਾਲ ਰਲਾਏ ਨੇ,
ਕਿੰਨੀ ਸੰਗਤ ਨੂੰ ਮੈਂ ਆਪਣੇ ਨਾਲ ਗੁਰੂ ਘਰ ਦੇ ਨਾਲ ਜੋੜਿਆ ਹੈ। ਮੈਂ ਪੁਰ ਆਏ ਕਿ ਸ਼ਾਹ ਕੇ ਸਾਥ, ਮੈਂ ਇਸ ਨਗਰ ਵਿੱਚ ਆ ਕੇ, ਦਿੱਲੀ ਵਿੱਚ ਆ ਕੇ, ਹਿੰਦੁਸਤਾਨ ਦੇ ਬਾਦਸ਼ਾਹ, ਤੁਰਕਾਂ ਦੇ ਰਾਜੇ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਆ ਕੇ ਮੁਲਾਕਾਤ ਕੀਤੀ। ਮਿਲਿਓ ਸਭ ਰੀਤ ਕੇ ਕਾਜ ਸਵਾਰੇ, ਤੇ ਮੈਂ ਆ ਕੇ ਸਰਬ ਰੀਤੀਆਂ ਨਾਲ ਬਾਦਸ਼ਾਹ ਨਾਲ ਮੇਲ ਕਰਕੇ ਆਪਣੇ ਸਾਰੇ ਕੰਮ ਸਵਾਰੇ, ਜਿੰਨੇ ਕੰਮ ਸੀ ਗੁਰੂ ਘਰ ਦੇ ਉਹ ਸਾਰੇ ਸਵਾਰੇ ਹਨ। ਰੱਖਿਓ ਭਲੋ ਰਸ ਰੰਗਿਆ, ਮੈਂ ਇੱਥੇ ਬਾਦਸ਼ਾਹ ਨਾਲ ਭਲੀ ਪ੍ਰਕਾਰ ਨਾਲ ਸਾਰਾ ਰੰਗ ਰੱਖਿਆ, ਬਾਦਸ਼ਾਹ ਨਾਲ ਮੇਰੀ ਮੁਲਾਕਾਤ ਹੈ, ਮਿੱਤਰਤਾ ਹੈ, ਬਾਦਸ਼ਾਹ ਮੇਰੇ ਨਾਲ ਹਿੱਤ ਕਰਦਾ ਹੈ। ਤਨ ਲੀਨੋ ਸਮੂਹ ਸਦਾ ਸੁਖ ਭਾਰੇ, ਬਾਦਸ਼ਾਹ ਮੈਨੂੰ ਮਾਇਆ ਦੇ ਗੱਫੇ ਵੀ ਅਰਦਾਸੇ ਕਰਾਉਂਦਾ, ਰੋਜ਼ ਹਜ਼ਾਰਾਂ ਰੁਪਈਆ ਆਪਣੇ ਖਜ਼ਾਨੇ ਚੋਂ ਕੱਢ ਕੇ ਮੇਰੇ ਕੋਲ ਭੇਟ ਕਰਦਾ ਹੈ। ਆਪਨੋ ਦੀ ਪ੍ਰਤਾਪ ਦਿਖਾਏ ਕੈ, ਔਰ ਮੈਂ ਆਪਣਾ ਬੜਾ ਵੱਡਾ ਪ੍ਰਤਾਪ ਵਿਖਾਇਆ ਬਾਦਸ਼ਾਹ ਨੂੰ, ਆਪਣਾ ਪੂਰਾ ਜ਼ਾਹੋ ਜ਼ਲਾਲ ਪ੍ਰਗਟ ਕਰਕੇ ਇੱਥੇ ਬਾਦਸ਼ਾਹ ਨੂੰ ਵਿਖਾਇਆ। ਸਿੱਖੀ ਕੀ ਰੀਤ ਮਾਂ ਵਿਸਤਾਰੇ, ਔਰ ਜਿਹੜੀ ਸਿੱਖੀ ਦੀ ਰੀਤ ਹੈ ਉਹਦਾ ਵਿਸਥਾਰ ਕੀਤਾ ਹੈ। ਮੈਂ ਇੱਥੇ ਕਿੰਨੀ ਸਿੱਖੀ ਸੇਵਕੀ ਬਣਾਈ ਹੈ ਗੁਰੂ ਘਰ ਦੀ, ਕਿੰਨੇ ਸਿੱਖ ਨੇ ਜਿਹੜੇ ਗੁਰੂ ਘਰ ਨੂੰ ਮੇਰੇ ਕਰਕੇ ਪੂਜਣ ਲੱਗ ਪਏ ਨੇ। ਸੇਵਕ ਸਿੱਖ ਹਜ਼ਾਰੋਂ ਕਰੇ, ਹਜ਼ਾਰਾਂ ਨੂੰ ਮੈਂ ਆਪਣਾ ਸੇਵਕ ਬਣਾਇਆ, ਸਿੱਖ ਬਣਾਇਆ ਹੈ। ਗੁਰ ਕੀਰਤ ਕੋ ਬਿਥਰਾਏ ਅਪਾਰੇ, ਗੁਰੂ ਘਰ ਦੀ ਕੀਰਤ ਦਾ ਮੈਂ ਕਿੰਨਾ ਵਿਸਥਾਰ ਕੀਤਾ ਹੈ, ਇੰਨੀ ਵਡਿਆਈ ਮੈਂ ਗੁਰੂ ਘਰ ਦੀ ਉਜਾਗਰ ਕੀਤੀ ਤੇ ਪਿਤਾ ਜੀ ਨੇ ਮੇਰੇ ਵੱਲ ਵੇਖਿਆ ਤੱਕ ਵੀ ਨਹੀਂ। ਉਹਨਾਂ ਨੇ ਮੈਨੂੰ ਗੁਰਤਾ ਗੱਦੀ ਦੇਣ ਦੀ ਬਜਾਏ ਮੇਰੇ ਤੋਂ ਛੋਟੇ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਨੂੰ ਗੁਰਤਾ ਗੱਦੀ ਦੇ ਦਿੱਤੀ। ਇੰਨੀ ਵੀ ਕੀ ਨਾਰਾਜ਼ਗੀ ਸੀ ਮੇਰੇ ਨਾਲ, ਏਡਾ ਹੀ ਵੱਡਾ ਕਿਹੜਾ ਮੈਂ ਪਾਪ ਗੁਨਾਹ ਕਰ ਦਿੱਤਾ ਸੀ। ਪਹਿਲਾਂ ਪਿਤਾ ਨੇ ਹੀ ਮੈਨੂੰ ਇੰਨਾ ਮਾਣ ਦਿੱਤਾ, ਉਹਨਾਂ ਨੇ ਮੈਨੂੰ ਇੰਨੀ ਵਡਿਆਈ ਕਰਾਮਾਤ ਦੇ ਕੇ ਭੇਜਿਆ। ਚੋਪਈ ਬੈਲੋ ਕੁਲ ਕੋ ਗੁਰਦਾਸ ਹੋ ਤੋ ਕਰ ਜੋਰ ਕੇ ਬਾ ਕਯੋ ਸਮਝਾਏ। ਜਦੋਂ ਬਾਬੇ ਰਾਮ ਰਾਏ ਨੇ ਗੱਲਾਂ ਕਹੀਆਂ ਨਾ, ਪਛਤਾਵਾ ਜਿਹਾ ਕਰਦਿਆਂ ਦੁਖੀ ਜਿਹਾ ਹੋ ਕੇ ਬੋਲਿਆ, ਤੇ ਇਹਨਾਂ ਦੇ ਨਾਲ ਭਾਈ ਬਹਿਲੋ ਦੀ ਕੁੱਲ ਦਾ ਗੁਰਦਾਸ ਗਿਆ ਹੋਇਆ ਸੀ। ਇੱਕ ਭਾਈ ਗੁਰਦਾਸ ਜੀ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਨਿੰਨ ਸੇਵਕ, ਜਿਹਨਾਂ ਨੇ ਬਾਣੀ ਰਚਨਾ ਕੀਤੀ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਭੱਲੇ ਨੇ। ਇਹ ਜਿਹੜਾ ਗੁਰਦਾਸ ਸੀ, ਮਸੰਦ ਸੀ ਗੁਰੂ ਘਰ ਦਾ, ਇਹਨੂੰ ਭਾਈ ਬਹਿਲੋ ਕਾ ਗੁਰਦਾਸ ਕਹਿੰਦੇ ਹਨ। ਭਾਈ ਬਹਿਲੋ ਕੇ ਗੁਰਦਾਸ ਨੇ ਉਸ ਵਕਤ ਹੱਥ ਜੋੜ ਕੇ ਬਾਬਾ ਰਾਮ ਰਾਏ ਜੀ ਨੂੰ ਬੇਨਤੀ ਕੀਤੀ ਤੇ ਕਹਿਣ ਲੱਗਾ, ਪਛਤਾਵਤ ਕਿਉਂ ਤੁਮ ਜੇ ਸ਼ਿਟ ਨੰਦਨ, ਕਹੇ ਹੇ ਬਾਬਾ ਰਾਮ ਰਾਏ ਜੀ, ਤੁਸੀਂ ਕਿਉਂ ਪਛਤਾਵਾ ਕਰਦੇ ਹੋ, ਤੁਸੀਂ ਗੁਰੂ ਹਰ ਰਾਏ ਸਾਹਿਬ ਦੇ ਵੱਡੇ ਪੁੱਤਰ ਹੋ, ਆਪ ਗੁਰੂ ਨੇ ਦਈ ਵਡਿਆਈ, ਤੁਹਾਨੂੰ ਪਛਤਾਵਾ ਕਰਨ ਦੀ ਕੀ ਲੋੜ ਹੈ, ਵੇਖੋ ਤੁਹਾਨੂੰ ਆਪ ਗੁਰੂ ਨੇ ਵਡਿਆਈ ਦਿੱਤੀ ਹੈ, ਆਪ ਸ਼੍ਰੀ ਗੁਰੂ ਹਰ ਰਾਏ ਸਾਹਿਬ ਨੇ ਤੁਹਾਨੂੰ ਵਡਿਆਈ ਦੇ ਕੇ, ਤੁਹਾਨੂੰ ਇੰਨੀਆਂ ਕਰਾਮਾਤਾਂ ਅਜਮਤਾਂ ਸ਼ਕਤੀਆਂ ਦੇ ਕੇ ਦਿੱਲੀ ਭੇਜਿਆ ਹੈ। ਜਗ ਮੈਂ ਸਮਝਾਏ ਪਏ ਸਿੱਖ ਸੇਵਕ, ਵੇਖੋ ਜਗਤ ਵਿੱਚ ਕਿੰਨੀ ਸਿੱਖੀ ਸੇਵਕੀ ਹੈ ਤੁਹਾਡੀ, ਜਿਹੜੇ ਧੰਨ ਬਾਬਾ ਰਾਮ ਰਾਏ, ਧੰਨ ਬਾਬਾ ਰਾਮ ਰਾਏ ਕਹਿ ਕੇ ਤੁਹਾਡੀ ਪੂਜਾ ਕਰਦੇ ਨੇ, ਆ ਕਿੰਨੀਆਂ ਸੰਗਤਾਂ ਨੇ, ਕਿੰਨੇ ਸਿੱਖ ਨੇ ਜਿਹੜੇ ਤੁਹਾਡੀ ਪੂਜਾ ਕਰ ਰਹੇ ਨੇ। ਆਵਤ ਭੇਤ ਤੇ ਤੋਟ ਨਕਾਏ, ਤੁਹਾਡੇ ਕੋਲ ਹਜ਼ਾਰਾਂ ਪ੍ਰਕਾਰ ਦੀਆਂ ਪਿਟਾਵਾਂ ਆਉਂਦੀਆਂ ਨੇ, ਵਸਤੂਆਂ ਆਉਂਦੀਆਂ ਨੇ, ਕਿਸੇ ਪ੍ਰਕਾਰ ਦੀ ਤੁਹਾਡੇ ਕੋਲ ਕੋਈ ਤੋਟਾ ਜਾਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਇਸ ਤੇ ਬੋ ਕਿਆ ਚਿਤ ਮੈਂ ਅਬ ਚਾਹਤ, ਇਸ ਤੋਂ ਜ਼ਿਆਦਾ ਹੋਰ ਤੁਸੀਂ ਕੀ ਚਾਹੁੰਦੇ ਹੋ, ਹਾਲੇ ਹੋਰ ਕੀ ਬਾਕੀ ਰਹਿ ਗਿਆ ਜਿਹੜਾ ਤੁਹਾਨੂੰ ਨਹੀਂ ਮਿਲਿਆ, ਇਹਦੇ ਤੋਂ ਵੱਧ ਭਲਾ ਹੋਰ ਤੁਹਾਨੂੰ ਕੀ ਚਾਹੀਦਾ, ਇੰਨਾ ਕੁਝ ਹੈ ਤੁਹਾਡੇ ਕੋਲ ਕਿ ਤੁਹਾਡੀਆਂ ਕਈ ਪੁਸ਼ਤਾਂ ਦੇ ਕੋਲ ਨਹੀਂ ਮੁੱਕਦਾ। ਮਾਨੈ ਮਨੋਤ ਕੋ ਸੀਸ ਨਿਵਾਏ, ਆ ਲੋਕ ਆ ਕੇ ਤੁਹਾਡੇ ਚਰਨਾਂ ਚ ਮੰਨਤਾ ਮੰਨਦੇ ਨੇ, ਔਰ ਤੁਹਾਡੇ ਚਰਨਾਂ ਵਿੱਚ ਆ ਕੇ ਸੀਸ ਝੁਕਾਉਂਦੇ, ਤੁਹਾਨੂੰ ਨਮਸਕਾਰਾਂ ਕਰਦੇ ਨੇ। ਜੋ ਸਗਰੇ ਜਗ ਕੋ ਅਬ ਮਾਲਕ, ਨੋ ਰੰਗ ਸ਼ਾਹ ਪ੍ਰਤਾਪ ਵਿਸਾਲਾ, ਜਿਹੜਾ ਸਾਰੇ ਜੱਗ ਦਾ ਇਸ ਵੇਲੇ ਮਾਲਕ ਹੈ ਬਾਦਸ਼ਾਹ ਔਰੰਗਜ਼ੇਬ, ਜਿਹੜਾ ਬੜਾ ਵੱਡਾ ਸ਼ਾਹ ਹੈ, ਹਿੰਦੁਸਤਾਨ ਦੇ ਤਖਤ ਦਾ ਮਾਲਕ ਹੈ। ਤਾਂ ਸੰਗ ਰਾਵਲ ਕੋ ਬੋ ਮੇਲ, ਬਾਬਾ ਜੀ ਉਹਦੇ ਨਾਲ ਤੁਹਾਡਾ ਸਿੱਧਾ ਮੇਲ ਹੈ, ਉਹਦੇ ਨਾਲ ਤੁਹਾਡੀ ਸਿੱਧੀ ਮੁਲਾਕਾਤ ਹੈ, ਹਿੰਦੁਸਤਾਨ ਦੇ ਬਾਦਸ਼ਾਹ ਨਾਲ ਤੁਹਾਡੀ ਮਿੱਤਰਤਾ ਹੈ। ਮੇਲ ਸਭਾ ਬੋ ਮੇਲ ਸਭਾ ਮੈਂ ਜਾਤ ਲਗਾ ਜਿਸ ਕਾਲਾ, ਕਹਿੰਦੇ ਇਹੋ ਜਿਹਾ ਬਾਦਸ਼ਾਹ ਜਿਹਦੀ ਸਭਾ ਵਿੱਚ ਜਾਣ ਦੇ ਵਾਸਤੇ ਲੋਕ ਤੜਫਦੇ ਨੇ,
ਪਰ ਉਹਦੀ ਸਭਾ ਵਿੱਚ ਜਾਣ ਦਾ ਕਿਸੇ ਨੂੰ ਅਖਤਿਆਰ ਪ੍ਰਾਪਤ ਨਹੀਂ ਹੁੰਦਾ। ਉਸੇ ਬਾਦਸ਼ਾਹ ਦੀ ਕਚਹਿਰੀ ਵਿੱਚ ਤੁਸੀਂ ਜਾਂਦੇ ਹੋ ਤੇ ਬਾਦਸ਼ਾਹ ਉੱਠ ਕੇ ਮਿਲਦਾ ਹੈ, ਸਾਦਰ ਦੇਤ ਵਡਿਆਈ ਬੜੀ, ਉਹ ਤੁਹਾਨੂੰ ਸਤਿਕਾਰ ਦਿੰਦਾ ਹੈ, ਵਡਿਆਈ ਦਿੰਦਾ ਹੈ, ਵੱਡੀ ਵਡਿਆਈ ਦੇ ਕੇ ਤੁਹਾਨੂੰ ਤਖਤ ਤੇ ਬਿਠਾਲਦਾ ਹੈ। ਨਿਤ ਬੂਜਨ ਬੋਲਨ ਉਤਰਸਾਲਾ, ਨਿਤ ਤੁਹਾਡੇ ਕੋਲੋਂ ਅਨੇਕ ਪ੍ਰਕਾਰ ਦੀਆਂ ਗੱਲਾਂ ਪੁੱਛਦਾ, ਬੁੱਝਦਾ, ਜਾਣਦਾ ਹੈ। ਸ਼੍ਰੀ ਹਰਗੋਬਿੰਦ ਕੇਰ ਮਨਿੰਦ ਬਿਠਾਵਤ ਉੱਚ ਜਾ ਨਰ ਜਾਲਾ। ਆ ਜਿਵੇਂ ਬਾਦਸ਼ਾਹ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੇ ਦਰਬਾਰ ਵਿੱਚ ਦੀਵਾਨ ਚ ਉੱਚੇ ਥਾਂ ਤੇ ਬਿਠਾਲਦਾ ਸੀ ਨਾ, ਜਿੰਨਾ ਸਤਿਕਾਰ ਗੁਰੂ ਹਰਗੋਬਿੰਦ ਸਾਹਿਬ ਦਾ ਬਾਦਸ਼ਾਹ ਦੀ ਕਚਹਿਰੀ ਚ ਸੀ, ਓਨਾ ਹੀ ਸਤਿਕਾਰ ਗੁਰੂ ਹਰਗੋਬਿੰਦ ਸਾਹਿਬ ਜੈਸਾ ਹੇ ਬਾਬਾ ਰਾਮ ਰਾਏ ਜੀ ਤੁਹਾਡਾ ਬਾਦਸ਼ਾਹ ਔਰੰਗਜ਼ੇਬ ਕਰਦਾ, ਤੁਹਾਨੂੰ ਉੱਚੇ ਥਾਂ ਤੇ ਗੱਦੀ ਤੇ ਬਿਠਾ ਕੇ ਆਪਣੇ ਤੋਂ ਵੀ ਉੱਚੇ ਥਾਂ ਤੇ ਬਿਠਾਲਦਾ ਹੈ। ਦੇਤ ਅਜਾਇਬ ਹੀ ਫਰਮਾਇਸ਼, ਅਜਾਇਬ ਹੀ ਫਰਮਾਇਸ਼ਾਂ ਆਪ ਜੀ ਨੂੰ ਭੇਟ ਕਰਦਾ ਹੈ। ਜੋ ਦਰਸ਼ ਪ੍ਰਾਪਤ ਹੱਥ ਨਾ ਆਵੇ, ਇਹੋ ਜਿਹੇ ਔਖੀਆਂ ਫਰਮਾਇਸ਼ਾਂ ਕਰਦਾ ਔਰੰਗਜ਼ੇਬ, ਜਿਹੜੀਆਂ ਸੌਖੇ ਤਰੀਕੇ ਨਾਲ ਹੱਥ ਨਹੀਂ ਆਉਂਦੀਆਂ, ਪਰ ਤੁਸੀਂ ਆਪਣੀ ਕਰਾਮਾਤ ਦੇ ਨਾਲ ਉਹੀ ਚੀਜ਼ਾਂ ਪ੍ਰਗਟ ਕਰਕੇ ਬਾਦਸ਼ਾਹ ਨੂੰ ਵਿਖਾਲਦੇ ਹੋ। ਸੋ ਅਰਪੈ ਤੁਮ ਕੋ ਤਰ ਪਾਓ, ਬਾਦਸ਼ਾਹ ਵੀ ਬੜੀਆਂ ਬੜੀਆਂ ਕੀਮਤੀ ਵਸਤੂਆਂ ਉਹ ਤੁਹਾਡੇ ਚਰਨਾਂ ਵਿੱਚ ਅਰਪਣ ਕਰਦਾ, ਜਿਹੜੀਆਂ ਆਮ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀਆਂ। ਉਹ ਵਿੱਚ ਡੇਰੇ ਹੀ ਆਪ ਪਠਾਵੇ, ਤੁਸੀਂ ਇੱਥੇ ਡੇਰੇ 'ਚ ਹੀ ਰਹਿੰਦੇ ਹੋ ਤੇ ਉਹ ਆਪ ਬਾਦਸ਼ਾਹ ਤੁਹਾਡੇ ਕੋਲ ਵਸਤੂਆਂ ਭੇਜਦਾ, ਆਪ ਬਾਦਸ਼ਾਹ ਆਪਣੇ ਖਜ਼ਾਨਿਆਂ 'ਚੋਂ ਕੀਮਤੀ ਤੋਂ ਕੀਮਤੀ ਉਪਹਾਰ, ਘੋੜੇ, ਬੜੇ ਬੜੇ ਸੋਹਣੇ ਸ਼ਸਤਰ ਉਹ ਤੁਹਾਡੇ ਚਰਨਾਂ ਵਿੱਚ ਭੇਟ ਕਰਕੇ ਇੱਥੇ ਤੁਹਾਡੇ ਡੇਰੇ ਤੇ ਭੇਜਦਾ, ਤੁਹਾਨੂੰ ਜਾ ਕੇ ਮੰਗਣਾ ਨਹੀਂ ਪੈਂਦਾ। ਕੌਣ ਕਰੇ ਗਿਣਤੀ ਧਨ ਕੇ, ਮਾਇਆ ਪਤਾ ਨਹੀਂ ਕਿੰਨੀ ਕੁ ਦੇ ਦਿੱਤੀ ਹੈ ਬਾਦਸ਼ਾਹ ਨੇ ਤੁਹਾਨੂੰ, ਕਿੰਨੀ ਕੁ ਮਾਇਆ ਤੁਹਾਡੇ ਕੋਲ ਆਈ, ਕੌਣ ਉਸ ਮਾਇਆ ਰੁਪਈਆਂ ਦੀ ਗਿਣਤੀ ਕਰੇ। ਜਬ ਕੇ ਪੁਰ ਆਏ ਉਹ ਰੋਜ ਚੜਾਵੇ, ਜਦੋਂ ਦੇ ਤੁਸੀਂ ਇੱਥੇ ਨਗਰ ਵਿੱਚ ਦਿੱਲੀ 'ਚ ਆਏ ਹੋਏ ਹੋ ਉਦੋਂ ਰੋਦਾ ਰੋਜ਼ ਹੀ ਤੁਹਾਡੇ ਚਰਨਾਂ 'ਚ ਚੜਾਵਾ ਝਾੜਦਾ, ਕਦੇ 1,000 ਰੁਪਈਆ, ਕਦੇ 2,000, ਕਦੇ 5,000, ਕਦੇ 7,000, ਕਦੇ 11,000, ਹਜ਼ਾਰਾਂ ਰੁਪਈਆ ਉਹਨੇ ਤੁਹਾਡੇ ਚਰਨਾਂ ਵਿੱਚ ਉਦੋਂ ਦਾ ਭੇਟ ਕੀਤਾ ਤੇ ਰੋਜ਼ ਹੀ ਚੜਾਵਾ ਚੜਾ ਰਿਹਾ। ਅੱਜ ਕਮੀ ਤੁਮਕੋ ਕੁਛ ਨਾਹਿਨ, ਬਾਬਾ ਰਾਮ ਰਾਏ ਜੀ ਅੱਜ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ, ਅੱਜ ਤੁਹਾਡੇ ਕੋਲ ਹਰ ਇੱਕ ਸ਼ੈ ਹੈ, ਹਰ ਇੱਕ ਪਦਾਰਥ ਹੈ। ਸ਼ਾਹ ਸਦਾ ਉਰ ਕੋ ਰਖਾਵੇ, ਬਾਦਸ਼ਾਹ ਵੀ ਤੁਹਾਡੇ ਤੇ ਖੁਸ਼ ਹੈ, ਉਹ ਸਦਾ ਤੁਹਾਡੇ ਤੇ ਪ੍ਰਸੰਨ ਹੈ। ਜੇ ਸਿੱਖ ਸੰਗਤ ਹੈ ਜਗ ਮੈਂ, ਜਿਹੜੀਆਂ ਜਗਤ ਵਿੱਚ ਸਿੱਖ ਸੰਗਤਾਂ ਹਨ, ਬਿਤਿਉ ਸਭ ਮੈਂ ਗੁਰਤਾ ਪਦ ਪਾਏ, ਉਹਨਾਂ ਵਿੱਚ ਤੁਸੀਂ ਪਹਿਲਾਂ ਹੀ ਬਿਦਤ ਹੋ ਗਏ, ਤੁਹਾਡੇ ਕੋਲ ਗੁਰੂ ਜਿੰਨੀ ਤਾਕਤ ਤਾਂ ਪਹਿਲਾਂ ਹੀ ਹੈ ਰਾਮ ਰਾਏ ਜੀ, ਤੁਹਾਨੂੰ ਨਵੀਂ ਗੁਰਿਆਈ ਦੀ ਕੀ ਲੋੜ ਹੈ, ਤੁਸੀਂ ਤਾਂ ਪਹਿਲਾਂ ਹੀ ਗੁਰੂ ਬਣੇ ਹੋਏ ਹੋ, ਸਾਰੀ ਸੰਗਤ ਵਿੱਚ ਪਹਿਲਾਂ ਹੀ ਗੁਰਤਾ ਨੂੰ ਪ੍ਰਾਪਤ ਕਰਕੇ ਮਾਣ ਸਤਿਕਾਰ ਪ੍ਰਾਪਤ ਕਰ ਰਹੇ ਹੋ। ਹੋਵਤ ਆਪ ਹੀ ਗਾਦੀ ਦਈ, ਤੇ ਕਿਉਂਕਿ ਆਪਣੇ ਹੁੰਦਿਆਂ ਹੀ ਪਹਿਲਾਂ ਹੀ ਪਿਤਾ ਜੀ ਨੇ ਤੁਹਾਨੂੰ ਇਹ ਗੱਦੀ ਦੇ ਦਿੱਤੀ ਹੈ, ਪਹਿਲਾਂ ਹੀ ਪਿਤਾ ਤੁਹਾਡੇ ਗੁਰੂ ਹਰਿ ਰਾਏ ਸਾਹਿਬ ਨੇ ਤੁਹਾਨੂੰ ਇੰਨੀਆਂ ਆਜ਼ਮਤਾਂ ਕਰਾਮਾਤਾਂ ਦੇ ਕੇ ਭੇਜ ਦਿੱਤਾ ਹੈ। ਜਬ ਦੇ ਸ਼ਕਤੀ ਟਿਕ ਸ਼ਾਹ ਪਠਾਏ, ਖੁਦ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਸ਼ਕਤੀਆਂ ਦੇ ਕੇ ਬਾਦਸ਼ਾਹ ਕੋਲ ਭੇਜਿਆ, ਸਮਝ ਲਓ ਉਦੋਂ ਹੀ ਤੁਹਾਨੂੰ ਗੱਦੀ ਮਿਲ ਗਈ, ਤੁਹਾਨੂੰ ਹੁਣ ਨਵੀਂ ਗੱਦੀ ਦੀ ਕੀ ਲੋੜ ਸੀ, ਇਹ ਤਾਂ ਪਹਿਲਾਂ ਹੀ ਤੁਹਾਡੇ ਪਿਤਾ ਜੀ ਨੇ ਸਮਝ ਲਓ ਤੁਹਾਨੂੰ ਉਦੋਂ ਹੀ ਗੱਦੀ ਦੇ ਕੇ ਟੋਰਿਆ ਜਦੋਂ ਬਾਦਸ਼ਾਹ ਔਰੰਗਜ਼ੇਬ ਕੋਲ ਭੇਜਿਆ। ਦੇਖੋ ਕਿਉਂ ਨਾ ਵਿਚਾਰ ਭਲੇ ਤੁਮ, ਇਹ ਬਾਬਾ ਰਾਮ ਰਾਏ ਜੀ ਤੁਸੀਂ ਕਿਉਂ ਨਹੀਂ ਵੇਖਦੇ ਆਪਣੀ ਵਡਿਆਈ ਵੱਲ, ਵੇਖੋ ਤੁਸੀਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਵਡਿਆਈ ਵੱਲ ਵੇਖ ਕੇ ਕਿਉਂ ਦਵੈਸ਼ ਕਰ ਰਹੇ ਹੋ, ਤੁਸੀਂ ਆਪਣੀ ਵਡਿਆਈ ਵੇਖੋ ਕਿ ਤੁਹਾਡੀ ਕਿਤਨੀ ਵਡਿਆਈ ਹੈ, ਕਿਤਨੀ ਪ੍ਰਭਾ ਹੈ, ਕਿੰਨਾ ਸੁਜਸ ਹੈ, ਚੰਗੀ ਤਰ੍ਹਾਂ ਵੇਖੋ ਵਿਚਾਰ ਕਰੋ। ਆਏ ਸਪਾਏ ਜਬੈ ਇੱਥੇ ਆਏ, ਤੁਸੀਂ ਜਦੋਂ ਆਪਣੇ ਪਿਤਾ ਜੀ ਦੀ ਆਗਿਆ ਪ੍ਰਾਪਤ ਕਰਕੇ ਇੱਥੇ ਆਏ ਹੋ, ਤੁਹਾਨੂੰ ਵਡਿਆਈਆਂ ਉਦੋਂ ਹੀ ਮਿਲ ਗਈਆਂ ਸਨ। ਕਿਆ ਤਬ ਥੇ ਅਬ ਕੈਸੇ ਬਏ, ਬਾਬਾ ਰਾਮ ਰਾਏ ਜੀ ਵੇਖੋ ਜਦੋਂ ਤੁਸੀਂ ਦਿੱਲੀ ਆਏ ਸੀ ਉਦੋਂ ਤੁਸੀਂ ਕੀ ਸੀ ਤੇ ਅੱਜ ਤੁਸੀਂ ਕੀ ਹੋ, ਜ਼ਮੀਨ ਅਸਮਾਨ ਦਾ ਅੰਤਰ ਹੈ। ਉਦੋਂ ਆਏ ਸੀ ਤੁਹਾਡੇ ਨਾਲ 5 ਕੁ ਸਿੱਖ ਸੀ, 1 ਰੱਥ ਸੀ ਤੇ ਥੋੜੇ 5-7 ਘੋੜੇ ਸਨ, ਤੇ ਅੱਜ ਤੁਸੀਂ ਦਿੱਲੀ ਆ ਗਏ ਹੋ, ਅੱਜ ਤੁਹਾਡੇ ਕੋਲ ਹਜ਼ਾਰਾਂ ਦੀ ਗਿਣਤੀ 'ਚ ਸੇਵਕ ਨੇ, ਹਜ਼ਾਰਾਂ ਦੀ ਗਿਣਤੀ ਵਿੱਚ ਘੋੜੇ ਨੇ, ਰੱਥਾਂ ਨੇ, ਆਪਣੀਆਂ ਰਾਜਸੀ ਪੁਸ਼ਾਕਾਂ ਨੇ,
ਅੱਜ ਤੁਹਾਡੇ ਕੋਲ ਕਮੀ ਹੈ ਕਿਸੇ ਚੀਜ਼ ਦੀ? ਵੇਖੋ ਵਿਚਾਰ ਕਰਕੇ, ਜਦੋਂ ਤੁਸੀਂ ਆਏ ਸੀ ਉਦੋਂ ਕੀ ਸੀ ਤੇ ਹੁਣ ਤੁਸੀਂ ਕੀ ਹੋ? ਸਭ ਰੀਤ ਕਹਿੰਦੀ ਸਮਾਜ ਵਧਾਏ, ਸਭ ਰੀਤੀਆਂ ਕਰਕੇ ਤੁਸੀਂ ਵਧੇ ਹੋ, ਹਰ ਪੱਖ ਤੋਂ ਤੁਹਾਡਾ ਵਾਧਾ ਹੋਇਆ। ਸ਼੍ਰੀ ਹਰ ਰਾਏ ਕੇ ਪੁੱਤਰ ਵਿਸ਼ਾਲ, ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਵਿਸ਼ਾਲ ਪੁੱਤਰ, ਵੱਡੇ ਪੁੱਤਰ ਬਾਬਾ ਰਾਮ ਰਾਏ ਜੀ। ਉਹਨੇ ਬਚ ਧੀਰਜ ਕੇ ਜੋ ਕਹੇ, ਜਦੋਂ ਬਹਿਲੋ ਕੇ ਗੁਰਦਾਸ ਨੇ ਇਹ ਗੱਲਾਂ ਕਹੀਆਂ ਨਾ, ਤੇ ਭਲੀ ਪ੍ਰਕਾਰ ਨਾਲ ਬਾਬਾ ਰਾਮ ਰਾਏ ਜੀ ਨੇ ਸੁਣੀਆਂ, ਤੇ ਸੁਣ ਕੇ ਥੋੜਾ ਜਿਹਾ ਮਨ ਨੂੰ ਧੀਰਜ ਮਿਲਿਆ। ਹੋਤ ਪ੍ਰਸੰਨ ਭਇਓ ਨਾ ਤੋ, ਸੁਣ ਕੇ ਧੀਰਜ ਤਾਂ ਮਿਲਿਆ ਪਰ ਮਨ ਨੀ ਪ੍ਰਸੰਨ ਹੋਇਆ। ਬਾਬੇ ਰਾਮ ਰਾਏ ਦੇ ਮਨ ਚ ਖੁਸ਼ੀ ਨਹੀਂ ਹੋਈ। ਸੁਣ ਤਾਂ ਲਿਆ, ਬਹਿਲੋ ਕੇ ਗੁਰਦਾਸ ਨੇ ਆਖਿਆ ਜੀ ਤੁਹਾਨੂੰ ਕਿਹੜਾ ਕਿਸੇ ਚੀਜ਼ ਦੀ ਕਮੀ ਹੈ, ਜਿਹੜੀ ਗੁਰਤਾ ਗੱਦੀ ਨਾਲ ਤੁਹਾਨੂੰ ਮਿਲਣੀ ਸੀ ਉਹ ਤਾਂ ਬਿਨਾਂ ਗੁਰਤਾ ਤੋਂ ਤੁਹਾਨੂੰ ਸਾਰਾ ਕੁਝ ਮਿਲ ਗਿਆ। ਤੋ ਭਾਈ ਬਹਿਲੋ ਕੇ ਗੁਰਦਾਸ ਦੀਆਂ ਇਹ ਗੱਲਾਂ ਸੁਣ ਕੇ ਬਾਬਾ ਰਾਮ ਰਾਏ ਜੀ ਨੂੰ ਖੁਸ਼ੀ ਨਹੀਂ ਹੋਈ, ਮਨ ਨੂੰ ਤਸੱਲੀ ਜੀ ਨਹੀਂ ਹੋਈ, ਮਨ ਵਿੱਚ ਫਿਰ ਵੀ ਦੋਸ਼ ਹੈ, ਮਨ ਫਿਰ ਵੀ ਮੁਰਝਾਇਆ ਹੋਇਆ। ਮੁਰਝਾਏ ਰਿਹਾ ਚਿੱਤ ਚਿੰਤ ਲਏ, ਇਹਦੇ ਵਿੱਚ ਮਨ ਮੁਰਝਾਇਆ ਹੋਇਆ ਤੇ ਚਿੱਤ ਵਿੱਚ ਚਿੰਤਾ ਚੱਲ ਰਹੀ ਕਿ ਗੁਰਤਾ ਮੈਨੂੰ ਨਹੀਂ ਮਿਲੀ, ਗੁਰਿਆਈ ਨਹੀਂ ਮੈਨੂੰ ਮਿਲੀ। ਏਦਾਂ ਦੀ ਚਿੰਤਾ ਬਾਬੇ ਰਾਮ ਰਾਏ ਦੇ ਮਨ ਚ ਚੱਲ ਰਹੀ ਹੈ। ਭਉ ਗੁਰਦਾਸ ਉਚਾਰਤ ਜੋਗ, ਉਸ ਵੇਲੇ ਭਾਈ ਬਹਿਲੋ ਕੇ ਗੁਰਦਾਸ ਨੂੰ ਕਹਿਣ ਲੱਗੇ ਰਾਮ ਰਾਏ ਜੀ, ਕਹਿੰਦੇ ਗੁਰਦਾਸ ਜੀ ਤੁਸੀਂ ਭਾਵੇਂ ਜੋ ਗੱਲਾਂ ਕਹਿ ਰਹੇ ਹੋ ਬਿਲਕੁਲ ਸਹੀ ਕਹਿ ਰਹੇ ਹੋ, ਬਿਲਕੁਲ ਦਰੁਸਤ ਕਹਿ ਰਹੇ ਹੋ, ਤਥਾਪਿ ਸੁਣੋ ਔਰ ਮੋਰ ਦਹੇ, ਫਿਰ ਵੀ ਸੁਣੋ, ਮੇਰਾ ਹਿਰਦਾ ਸੜ ਰਿਹਾ ਹੈ, ਮੇਰੇ ਹਿਰਦੇ ਦੇ ਵਿੱਚ ਚਿੰਤਾ ਹੈ, ਪਰੇਸ਼ਾਨੀ ਹੈ। ਆਪ ਗੁਰੂ ਪਿਤਾ ਨੀਤ ਔਰ ਪਠਾਵਨ ਕੀਨ ਅਵੇਸ਼ ਚਏ, ਕਿ ਆਪ ਮੇਰੇ ਪਿਤਾ ਸ਼੍ਰੀ ਗੁਰੂ ਹਰ ਰਾਏ ਸਾਹਿਬ ਨੇ ਮੈਨੂੰ ਇੱਥੇ ਭੇਜਿਆ, ਉਹਨਾਂ ਨੇ ਆਗਿਆ ਕਰਕੇ ਮੈਨੂੰ ਦਿੱਲੀ ਬਾਦਸ਼ਾਹ ਨਾਲ ਮਿਲਣ ਲਈ ਭੇਜਿਆ ਹੈ। ਜੀਤ ਔਰ ਆਵਤ ਮੈਂ, ਜੇ ਮੈਂ ਉਸ ਵਕਤ ਪਿਤਾ ਜੀ ਦੀ ਆਗਿਆ ਮੰਨ ਕੇ ਇੱਥੇ ਨਾ ਆਉਂਦਾ, ਬਾਦਸ਼ਾਹ ਨੇ ਬੜਾ ਗੁੱਸੇ ਚ ਆ ਜਾਣਾ ਸੀ, ਇਹ ਤਾਂ ਮੈਂ ਆਇਆ ਤਾਂ ਬਾਦਸ਼ਾਹ ਠੰਡਾ, ਜੇ ਉਦੋਂ ਮੈਂ ਪਿਤਾ ਦੀ ਆਗਿਆ ਮੰਨ ਕੇ ਇੱਥੇ ਦਿੱਲੀ ਨਾ ਆਉਂਦਾ ਤਾਂ ਬਾਦਸ਼ਾਹ ਔਰੰਗਜ਼ੇਬ ਨੇ ਬੜਾ ਗੁੱਸੇ ਚ ਆ ਜਾਣਾ ਸੀ, ਗੁਰੂ ਘਰ ਤੇ ਨੇ ਗੁੱਸਾ ਕਰਨਾ ਸੀ। ਬ੍ਰਿੰਦ ਅਨੇਕ ਬਿਠਾਵਤ ਫੇਰ, ਫੌਜਾਂ ਭੇਜ ਦੇਣੀਆਂ ਸੀ ਆਪਣੀਆਂ ਲੜਨ ਵਾਸਤੇ, ਸਿਪਾਹੀ ਭੇਜ ਦੇਣੇ ਸਨ, ਦੂਜੇ ਓਜਰੇ ਦੇ ਗਰਬਾਨਾ, ਕਿਉਂਕਿ ਇਹਨੂੰ ਆਪਣੇ ਓਜ ਦਾ ਬੜਾ ਬਲ ਦਾ ਬੜਾ ਮਾਣ ਤੇ ਹੰਕਾਰ ਹੈ, ਇਹਨੇ ਆਪਣੀਆਂ ਫੌਜਾਂ ਭੇਜ ਦੇਣੀਆਂ ਸੀ ਜੇ ਉਦੋਂ ਮੈਂ ਨਾ ਆਉਂਦਾ। ਪੀਰ ਫਕੀਰ ਨੂੰ ਸੋਂ ਵਿਗੜਿਆ ਇਹ, ਕਿਉਂਕਿ ਇਹ ਤਾਂ ਬੜਾ ਗਰਬਿਆ ਹੋਇਆ ਹੰਕਾਰੀ ਹੈ, ਇਹ ਤਾਂ ਪੀਰਾਂ ਫਕੀਰਾਂ ਦੀ ਕਿਸੇ ਦੀ ਕੋਈ ਪਰਵਾਹ ਨਹੀਂ ਕਰਦਾ, ਵੱਡੇ ਵੱਡੇ ਪੀਰਾਂ ਫਕੀਰਾਂ ਨਾਲ ਵੀ ਇਹਨੇ ਵਿਗਾੜ ਪੈਦਾ ਕੀਤਾ ਹੋਇਆ ਹੈ। ਅਨੰਤ ਦੁਐਸ਼ ਬਾਦੀ ਮਾਨਾ, ਬੜਾ ਬਾਦੀ ਹੈ, ਝਗੜਾਲੂ ਹੈ, ਆਪਣੇ ਮਨ ਚ ਦੁਐਸ਼ ਦੀ ਬਿਰਤੀ ਠਾਣਦਾ ਹੈ। ਤਰਾਸ ਕਰੇ ਨੈ ਤਾਂ ਗੈਲੇਤ, ਇਹ ਤਾਂ ਕਿਸੇ ਦਾ ਡਰ ਮੰਨਦਾ ਹੀ ਨਹੀਂ, ਵੱਡੇ ਵੱਡੇ ਪੀਰਾਂ ਫਕੀਰਾਂ ਮਹਾਂਪੁਰਖਾਂ ਨੂੰ ਵੀ ਪਕੜ ਲੈਂਦਾ ਹੈ। ਵੱਡੋ ਪੁਨ ਤਾੜਤ ਜਿਉ ਅਣਜਾਨਾ, ਉਹਨਾਂ ਨੂੰ ਵੱਡਾ ਹੋ ਕੇ ਤਾੜਦਾ, ਉਹਨਾਂ ਦੀ ਬਹੁਤ ਜ਼ਿਆਦਾ ਬੇਗਤੀ ਤੇ ਨਿਰਾਦਰ ਕਰਦਾ ਹੈ। ਜੇ ਪੁਰ ਕੀਰਤ ਜਾਤ ਚਮੋ, ਇਹ ਭਾਈ ਗੁਰਦਾਸ ਜੀ ਦੱਸੋ ਜੇ ਮੈਂ ਨਾ ਆਉਂਦਾ ਤੇ ਬਾਦਸ਼ਾਹ ਨੇ ਫੌਜ ਭੇਜ ਦੇਣੀ ਸੀ ਕੀਰਤਪੁਰ ਸਾਹਿਬ, ਫੌਜ ਚਲੀ ਜਾਣੀ ਸੀ ਬਾਦਸ਼ਾਹ ਦੀ, ਤਬ ਕਿਆ ਕਰਤੇ ਨਾ ਹੋਤੇ ਉਪਾਏ, ਕੀ ਕਰਦੇ ਗੁਰੂ ਜੀ, ਫਿਰ ਉਹਨਾਂ ਕੋਲੋਂ ਕੋਈ ਉਪਾਅ ਨਹੀਂ ਸੀ ਹੋਣਾ, ਕੋਈ ਸਾਧਨ ਨਹੀਂ ਸੀ ਹੋਣਾ ਜੇ ਬਾਦਸ਼ਾਹ ਫੌਜ ਭੇਜ ਦਿੰਦਾ। ਸ਼੍ਰੀ ਗੁਰੂ ਨੇ ਪ੍ਰਣ ਧਾਰਿਓ ਹੋਤੋ, ਕਿਉਂਕਿ ਪਿਤਾ ਜੀ ਨੇ ਤਾਂ ਪ੍ਰਣ ਕੀਤਾ ਹੋਇਆ, ਉਹਨਾਂ ਨੇ ਤਾਂ ਪ੍ਰਣ ਖਾਧਾ ਹੋਇਆ, ਤੁਮ ਮਲੇਚ ਕੇ ਪਾਸ ਨਾ ਜਾਏ ਕਦਾਏ, ਉਹਨਾਂ ਨੇ ਪ੍ਰਣ ਕੀਤਾ ਹੋਇਆ ਸੀ ਕਿ ਅਸੀਂ ਮਲੇਸ਼ ਕੋਲ ਨਹੀਂ ਜਾਣਾ, ਅਸੀਂ ਪਾਪੀ ਨੂੰ ਨਾ ਦਰਸ਼ਨ ਦੇਣੇ ਨੇ ਨਾ ਹੀ ਉਹਦੇ ਦਰਸ਼ਨ ਕਰਨੇ ਨੇ, ਨਾ ਦਰਸੈ ਤਿਸ ਆਨੰਦ ਕੋ, ਉਹਦਾ ਮੂੰਹ ਵੀ ਨਹੀਂ ਵੇਖਣਾ ਚਾਹੁੰਦੇ, ਉਹਦਾ ਚਿਹਰਾ ਵੀ ਨਹੀਂ ਵੇਖਣਾ ਚਾਹੁੰਦੇ, ਆਪਣੋ ਦਰਸ਼ਨ ਨਹੀਂ ਦਰਸਾਈ, ਨਾ ਹੀ ਆਪਣੇ ਦਰਸ਼ਨ ਦੇਣਾ ਚਾਹੁੰਦੇ ਨੇ, ਇਹ ਪ੍ਰਣ ਗੁਰੂ ਹਰ ਰਾਏ ਸਾਹਿਬ ਨੇ ਕੀਤਾ ਹੋਇਆ ਸੀ। ਬੈਠਣ ਬੋਲਣ ਕਿਉਂ ਬਣ ਹੈ, ਫਿਰ ਬਾਦਸ਼ਾਹ ਨਾਲ ਬੈਠਣਾ, ਬਾਦਸ਼ਾਹ ਨਾਲ ਗੱਲਾਂ ਕਿਵੇਂ ਕਰਨੀਆਂ ਸਨ ਉਹਨਾਂ ਨੇ,
ਜੇ ਬਾਦਸ਼ਾਹ ਫੌਜ ਭੇਜ ਦਿੰਦਾ ਤੇ ਪਿਤਾ ਜੀ ਨੂੰ ਆਉਣਾ ਹੀ ਪੈਣਾ ਸੀ, ਮਜਬੂਰੀ ਵੱਸ ਹੋ ਕੇ ਬਾਦਸ਼ਾਹ ਨੂੰ ਮਿਲਣਾ ਪੈਣਾ ਸੀ, ਫਿਰ ਉਹਨਾਂ ਦਾ ਪ੍ਰਣ ਕਿਵੇਂ ਰਹਿੰਦਾ, ਉਹ ਬਾਦਸ਼ਾਹ ਕੋਲ ਕਿਵੇਂ ਬੈਠਦੇ ਤੇ ਇਹਦੇ ਨਾਲ ਗੱਲਾਂ ਕਰਦੇ। ਅਭਿਓ ਅਬਲਾ ਕਰਦੇ ਮੈਂ ਉਠਾਏ, ਜਦੋਂ ਇਸ ਤਰ੍ਹਾਂ ਦੀ ਅਭਿਲਾਖਾ ਜੇ ਬਾਦਸ਼ਾਹ ਆਪਣੇ ਹਿਰਦੇ ਚ ਉਠਾ ਲੈਂਦਾ, ਏਡਾ ਤਾਕਤਵਰ ਬਾਦਸ਼ਾਹ ਹੈ। ਕੋ ਸਾਧਾਰ ਦੇ ਉੱਪਰ ਸੋ ਪੁਨ ਰਾਜ ਕਰੈ ਏਸ਼ਾ ਚੁਗੱਤਾ, 2100 ਕੋਹ ਤੇ ਰਾਜ ਕਰਦਾ, 2100 ਕੋਹ ਦਾ ਰਕਬਾ ਹੈ ਉਹਦੇ ਤੇ ਬਾਦਸ਼ਾਹ ਔਰੰਗਜ਼ੇਬ ਰਾਜ ਕਰਦਾ, ਏਡਾ ਵੱਡਾ ਤਾਕਤਵਰ ਛਤਰਪਤੀ ਰਾਜਾ ਹੈ। 22 ਲੱਖ ਚਮੂ ਸੰਗ ਹੈ, 22 ਲੱਖ ਫੌਜਾਂ ਨੇ ਬਾਦਸ਼ਾਹ ਦੇ ਨਾਲ, 22 ਲੱਖ ਫੌਜ ਦਾ ਮਾਲਕ ਹੈ ਜਿਹੜੀ ਇਹਦੇ ਨਾਲ ਚੜ੍ਹਦੀ ਹੈ। ਬਲਵਾਨ ਬਡੋ ਸੋ ਹੰਕਾਰ ਮੈਂ ਮੱਤਾ, ਬੜਾ ਬਲਵਾਨ ਤੇ ਐਸਾ ਹੰਕਾਰ ਇਹਦੇ ਵਿੱਚ ਮੱਤਾ ਹੋਇਆ ਕਿ ਕਿਸੇ ਵੱਡੇ ਤੋਂ ਵੱਡੇ ਰਾਜੇ ਨੂੰ ਵੀ ਆਪਣੀ ਅੱਖ ਥੱਲੇ ਨਹੀਂ ਲਿਆਉਂਦਾ। 5000 ਤੋਪ, 10000 ਵੱਡੀਆਂ ਤੋਪਾਂ ਨੇ ਇਹਦੇ ਕੋਲ, 10000 ਵੱਡੀਆਂ ਤੋਪਾਂ ਦਾ ਮਾਲਕ ਹੈ। ਸਕੋਪ ਚੜੇ ਕਰ ਲੋ ਚਨਰਤਾ, ਜਦੋਂ ਅੱਖਾਂ ਲਾਲ ਸੁਰਖ ਕਰਕੇ ਔਰੰਗਜ਼ੇਬ ਚੜਾਈ ਕਰਦਾ, ਉਦੋਂ 22 ਲੱਖ ਫੌਜ, 10000 ਵੱਡੀਆਂ ਤੋਪਾਂ ਵੀ ਇਹਦੇ ਨਾਲ ਚੜਦੀਆਂ ਨੇ। 50000 ਜਮੂਰੇ ਹੈ, 50000 ਛੋਟੇ ਜਮੂਰੇ, ਛੋਟੀਆਂ ਤੋਪਾਂ ਨੇ ਬਾਦਸ਼ਾਹ ਦੇ ਕੋਲ। ਛੋਟੇ ਤੇ ਛੋਨੀ ਮਾਂ ਧਮਕੱਤਾ, ਜਦੋਂ ਚੱਲਦੀਆਂ ਨੇ ਤੇ ਵੱਡੀਆਂ ਵੱਡੀਆਂ ਛਾਵਣੀਆਂ ਧਮਕ ਵਿੱਚ ਪੈ ਜਾਂਦੀਆਂ ਨੇ, ਵੱਡੇ ਵੱਡੇ ਪਹਾੜ ਵੀ ਟੁੱਟ ਕੇ ਚਕਨਾ ਚੂਰ ਹੋ ਜਾਂਦੇ ਨੇ ਜਦੋਂ ਇਹਦੀਆਂ ਤੋਪਾਂ ਚੱਲਦੀਆਂ ਨੇ। ਕੌਣ ਅਰੇ ਇਹ ਸੰਗ ਲੜੈ, ਕੌਣ ਹੈ ਐਸਾ ਜਿਹੜਾ ਬਾਦਸ਼ਾਹ ਨਾਲ ਅੜੇ, ਇਹਦੇ ਨਾਲ ਆ ਕੇ ਝਗੜਾ ਕਰੇ, ਇੰਨੀ ਤਾਕਤ ਕਿਹਦੇ ਵਿੱਚ ਹੈ। ਸਭ ਦੇਸ਼ ਡਰੈ ਪਰਦੇਸ ਹੈ ਅੱਲਾ, ਸਾਰਾ ਦੇਸ਼ ਇਹਦੇ ਕੋਲੋਂ ਡਰਦਾ, 2100 ਕੋਹ ਤੇ ਇਹਦਾ ਰਾਜ ਹੈ, ਸਾਰਾ ਦੇਸ਼ ਇਹਦੇ ਕੋਲੋਂ ਡਰਦਾ ਤੇ ਇਹਦੇ ਅੱਗੇ ਟੈਕਸ ਭਰਦੇ ਨੇ ਵੱਡੇ ਵੱਡੇ ਰਾਜੇ, ਇਹਦਾ ਕਰ ਵਸੂਲ ਇਹਨੂੰ ਭੇਟ ਕਰਦੇ ਹਨ। ਭੂਪਤ ਜੇ ਰਜਪੂਤ ਹੋਤੇ, ਵੱਡੇ ਵੱਡੇ ਰਾਜਪੂਤ ਛਤਰੀ ਰਾਜੇ ਹਨ, ਕਰ ਤਰਾਸ ਗਏ ਦਬ ਦੇਖ ਕਰਾਲਾ, ਇਹਦਾ ਭਿਆਨਕ ਤੇ ਕਰਾਲ ਰੂਪ ਵੇਖ ਕੇ ਵੱਡੇ ਵੱਡੇ ਰਾਜਪੂਤ ਰਾਜੇ ਵੀ ਠਠੰਮਰ ਗਏ, ਉਹ ਵੀ ਡਰ ਕੇ ਅੱਗੇ ਲੱਗ ਕੇ ਦੌੜ ਗਏ, ਏਡਾ ਬਲੀ ਹੈ ਰਾਜਾ ਔਰੰਗਜ਼ੇਬ। ਦੋਹੀ ਫਿਰੈ ਇਸ ਕੀ ਸਭ ਦੇਸ਼ਨ, ਸਾਰਿਆਂ ਦੇਸ਼ਾਂ ਵਿੱਚ ਇਹਦੀ ਦੋਹੀ ਫਿਰਦੀ ਹੈ, ਸਾਰਿਆਂ ਦੇਸ਼ਾਂ ਵਿੱਚ ਇਹਦਾ ਨਾਂ ਫਿਰਦਾ ਹੈ। ਦੇਸ਼ ਬਿਲੋਕਤ ਦੇਤ ਨਿਕਾਲਾ, ਤੇ ਜਿਹਨੂੰ ਵੀ ਦੇਹ ਵਿੱਚ ਵੀ ਦੋਸ਼ ਵੇਖਦਾ ਉਹਨੂੰ ਆਪਣੇ ਦੇਸ਼ ਵਿੱਚੋਂ ਕੱਢਦਿਆਂ ਦੇਰੀ ਨਹੀਂ ਲਾਉਂਦਾ। ਬਾਦ ਕਰੈ ਅੱਠ ਧਾਰ ਬਡੋ, ਬੜਾ ਬਾਦੀ ਹੈ, ਹੱਠ ਕਰਕੇ ਲੜਾਈ ਕਰਦਾ। ਗੁਰ ਪੀਰ ਤੇ ਤਰਾਸਤ ਨਾ ਕਿਸ ਕਾਲਾ, ਕਿਸੇ ਗੁਰੂ ਪੀਰ ਕੋਲੋਂ ਨਹੀਂ ਡਰਦਾ, ਕਿਸੇ ਗੁਰੂ ਪੀਰ ਦਾ ਭੈ ਨਹੀਂ ਰੱਖਦਾ। ਸ਼ਾਹਜਹਾਂ ਜਬ ਸ਼ਾਹ ਹੋ ਤੋ, ਕਹਿੰਦੇ ਜਦੋਂ ਸ਼ਾਹਜਹਾਨ ਬਾਦਸ਼ਾਹ ਸੀ, ਇਹਦਾ ਬਾਪ ਜਿਸ ਵੇਲੇ ਬਾਦਸ਼ਾਹੀ ਕਰਦਾ ਸੀ, ਸੰਗ ਵਿਰੋਧ ਭਇਓ ਗੁਰ ਕੋ, ਉਸ ਵੇਲੇ ਸ਼ਾਹਜਹਾਨ ਨਾਲ ਸਾਡੇ ਪੜਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਦਾ ਉਸ ਵੇਲੇ ਰੋਸ ਵਿਗਾੜ ਪੈਦਾ ਹੋ ਗਿਆ। ਜੰਗ ਪਇਓ ਬਲ ਧਾਰ ਬਡੋ, ਉਦੋਂ ਵੀ ਵੇਖੋ ਕਿੰਨੇ ਜੰਗ ਹੋਏ ਤੇ ਉਸ ਜੰਗ ਦਾ ਮੁਕਾਬਲਾ ਕਿੱਡਾ ਬਲ ਧਾਰ ਕੇ ਗੁਰੂ ਹਰਗੋਬਿੰਦ ਸਾਹਿਬ ਲੜੇ। ਹਥਿਆਰ ਪ੍ਰਹਾਰ ਕਰੇ ਅਰਕੇ, ਵੱਡੇ ਵੱਡੇ ਹਥਿਆਰ ਦੁਸ਼ਮਣਾਂ ਤੇ ਚੱਲੇ ਤੇ ਪ੍ਰਹਾਰ ਹੋਏ। ਆਨ ਲੜਿਓ ਦਲ ਤੀਰ ਸੁਦਾਸਰ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕੰਢੇ ਤੇ ਲੜਾਈ ਹੋਈ। ਪਾਏ ਫਤਿਹ ਸੁਦਿਓ ਡਰਕੇ, ਔਰ ਉਹਨੂੰ ਡਰਾਵਾ ਦੇ ਦਿੱਤਾ ਬਾਦਸ਼ਾਹ ਨੂੰ ਤੇ ਜੰਗ ਦੇ ਵਿੱਚ ਫਤਿਹ ਪ੍ਰਾਪਤ ਕੀਤੀ। ਜੰਗਲ ਵਿੱਚ ਪ੍ਰਵੇਸ਼ ਪਏ, ਉੱਥੋਂ ਫਿਰ ਮਾਲਵੇ ਦੇ ਇਲਾਕੇ ਚ ਜੰਗਲ ਚ ਗੁਰੂ ਹਰਗੋਬਿੰਦ ਸਾਹਿਬ ਪ੍ਰਵੇਸ਼ ਕਰ ਗਏ। ਉੱਥੇ 2 ਘੋੜੇ ਮੰਗਾ ਲਏ ਬਾਦਸ਼ਾਹ ਦੇ, ਉੱਥੇ ਵੀ ਫਿਰ ਲੜਾਈ ਕੀਤੀ, ਜੰਗ ਕੀਤਾ। ਸ਼੍ਰੀ ਕਰਤਾਰਪੁਰੇ ਰਣਕੀਨਸ, ਕਰਤਾਰਪੁਰ ਦੀ ਧਰਤੀ ਤੇ ਕਿਹੋ ਜਿਹਾ ਜੰਗ ਕੀਤਾ। ਪੈਂਦੇ ਕਿ ਸੰਗ ਅਨੇਕ ਸੰਗਾਰੇ, ਪੈਂਦੇ ਖਾਂ ਦੇ ਨਾਲ ਅਨੇਕਾਂ ਬੰਦੇ ਜੰਗ ਦੇ ਮੈਦਾਨ ਚ ਉਹਨਾਂ ਨੇ ਮਾਰੇ। ਸ਼ਾਹਜਹਾਂ ਕਰ ਟਾਲ ਰਾ, ਬਾਦਸ਼ਾਹ ਸ਼ਾਹਜਹਾਨ ਫਿਰ ਮੁੜ ਕੇ ਟਲ ਗਿਆ, ਉਹਨੇ ਦੁਬਾਰਾ ਜੰਗ ਕਰਨ ਦਾ ਖਿਆਲ ਨਹੀਂ ਕੀਤਾ। ਹੱਠ ਨਾਏ ਕਰਿਓ ਹਟਗਾ ਜਿਸ ਹਾਰੇ, ਉਹਨੇ ਹੱਠ ਨਹੀਂ ਕੀਤਾ, 4 ਜੰਗਾਂ ਲੜੀਆਂ, 4ਾਂ ਵਿੱਚ ਹੀ ਉਹਨੂੰ ਹਾਰ ਮਿਲੀ, ਇਸ ਕਰਕੇ ਉਹਨੇ ਦੁਬਾਰਾ ਕੋਈ ਹੱਠ ਨਹੀਂ ਕੀਤਾ ਲੜਾਈ ਕਰਨ ਦਾ। ਸ਼੍ਰੀ ਹਰਗੋਬਿੰਦ ਯੋਧੇ ਮਹਾਨ, ਗੁਰੂ ਹਰਗੋਬਿੰਦ ਸਾਹਿਬ ਤਾਂ ਬੜੇ ਮਹਾਨ ਯੋਧੇ ਸਨ, ਜਿਨ ਕੋ ਬਦ
ਡੀਲ ਬਦੋ ਬਲ ਧਾਰੇ, ਜਿਨ੍ਹਾਂ ਦੀ ਡੀਲ ਬੜੀ ਵੱਡੀ ਤੇ ਬੜੇ ਭਾਰੀ ਬਲ ਦੇ ਧਾਰਨੀ ਸਨ, ਸੈਨ ਬੜੀ ਉਤਸ਼ਾਹ ਬੜੋ, ਉਹਨਾਂ ਕੋਲ ਫੌਜ ਵੀ ਵੱਡੀ ਸੀ ਉਤਸ਼ਾਹ ਵੀ ਵੱਡਾ ਸੀ, ਨਿਜ ਬੈਰ ਪੁਜਾਏ ਮਾਰੇ ਪਮਾਰੇ, ਉਹਨਾਂ ਨੇ ਆਪਣਾ ਵੈਰ ਪੁਜਾ ਕੇ ਬਾਹੜੇ ਬੜੇ ਦੁਸ਼ਮਣਾਂ ਨੂੰ ਜੰਗ ਦੇ ਮੈਦਾਨ ਚ ਮਾਰ ਮੁਕਾਇਆ, ਸ਼ਾਹਜਾਂ ਤੇ ਬੜੋ ਏ ਸ਼ਾਹ। ਹੁਣ ਜਿਹੜਾ ਇਹ ਬਾਦਸ਼ਾਹ ਔਰੰਗਜ਼ੇਬ, ਇਹ ਆਪਣੇ ਪਿਓ ਨਾਲੋਂ ਕਈ ਗੁਣਾ ਜ਼ਿਆਦਾ ਤਾਕਤਵਰ ਹੈ। ਚਲੋ ਉਦੋਂ ਜੰਗ ਹੋ ਗਈ, ਸ਼ਾਹਜਹਾਨ ਕਹਿੰਦਾ ਕਮਜ਼ੋਰ ਸੀ, ਪਰ ਔਰੰਗਜ਼ੇਬ ਇਹ ਤਾਂ ਬੜਾ ਤਾਕਤਵਰ ਹੈ, ਇਹ ਆਪਣੇ ਬਾਪ ਨਾਲੋਂ ਕਈ ਗੁਣਾ ਜ਼ਿਆਦਾ ਤਾਕਤ ਦਾ ਮਾਲਕ ਹੈ, ਇਹਦੇ ਕੋਲ ਫੌਜਾਂ ਇੰਨੀਆਂ ਨੇ, 22 ਲੱਖ ਫੌਜ ਹੈ, 50,000 ਤੋਪਾਂ ਨੇ ਛੋਟੀਆਂ, 10,000 ਵੱਡੀਆਂ, ਬਾਕੀ ਕਿਲਿਆਂ ਦੀ ਤਾਂ ਗਿਣਤੀ ਕੋਈ ਨੀ, ਕਿੰਨੇ ਕੁ ਕਿਲਿਆਂ ਦਾ ਇਹ ਮਾਲਕ ਹੈ। ਕਹਿੰਦੇ ਸ਼ਾਹਜਹਾਨ ਨਾਲੋਂ ਇਹ ਕਈ ਗੁਣਾ ਜ਼ਿਆਦਾ ਤਾਕਤਵਰ ਹੈ। ਬਿਲੰਦ ਬਲੀ ਤੁਜਨੀ ਸੁਬਨਾਏ, ਇੰਨੀ ਵੱਡੀ ਫੌਜ ਤਿਆਰ ਕੀਤੀ, ਗੁਰੂ ਹਰਿਰਾਏ ਸਾਹਿਬ ਕਿੱਥੇ ਇਹਦੇ ਨਾਲ ਲੜ ਸਕਦੇ ਸੀ, ਉਹ ਕਿੱਥੇ ਇਹਦੇ ਨਾਲ ਜੰਗ ਕਰ ਸਕਦੇ ਸੀ, ਇਹ ਤਾਂ ਮੈਂ ਟਾਲਿਆ ਜੰਗ। ਰਾਮ ਰਾਏ ਕਹਿੰਦਾ ਮੈਂ ਟਾਲਿਆ, ਜੇ ਮੈਂ ਨਾ ਆਉਂਦਾ ਨਾ ਇੱਥੇ ਤੇ ਜੰਗ ਹੋ ਜਾਣੀ ਸੀ, ਔਰੰਗਜ਼ੇਬ ਬਾਦਸ਼ਾਹ ਨੇ ਫੌਜਾਂ ਭੇਜ ਦੇਣੀਆਂ ਸਨ, ਫਿਰ ਬੜੀ ਲੜਾਈ ਹੋਣੀ ਸੀ, ਬੜਾ ਜੰਗ ਹੋਣਾ ਸੀ, ਇਹ ਤਾਂ ਮੇਰੇ ਕਰਕੇ ਜੰਗ ਟਲਿਆ। ਪੀਰ ਫਕੀਰ ਤੇ ਨਾ ਡਰੇ, ਕਿਉਂਕਿ ਇਹ ਬਾਦਸ਼ਾਹ ਕਿਸੇ ਪੀਰ ਕੋਲੋਂ, ਕਿਸੇ ਫਕੀਰ ਕੋਲੋਂ, ਕਿਸੇ ਔਲੀਏ ਕੋਲੋਂ ਨਹੀਂ ਡਰਦਾ। ਘਰ ਬਾਦ ਗਏ ਤਿਸ ਤੇ ਮਰਵਾਏ, ਵੱਡੇ ਵੱਡੇ ਪੀਰਾਂ ਨਾਲ ਲੜਾਈ ਕਰਕੇ ਉਹਨਾਂ ਨੂੰ ਪਕੜ ਕੇ ਮਰਵਾ ਦਿੰਦਾ, ਇਹਨੇ ਤਾਂ ਸ਼ਰਮਤ ਵਰਗੇ ਫਕੀਰ ਨਹੀਂ ਛੱਡੇ। ਧਾਰ ਦੇ ਜਿਦ ਨਾਕ ਧਰਮ ਤੇ, ਆਪਣੇ ਹਿਰਦੇ ਵਿੱਚ ਜਿੱਦ ਧਾਰਨ ਕਰਕੇ ਹੰਕਾਰ ਦੇ ਨਾਲ, ਕੈਲ ਪਰੈ ਨਾ ਟਰੇ ਹੱਟ ਪਾਏ, ਜਿਹਦੇ ਪਿੱਛੇ ਪੈ ਜਾਂਦਾ ਫਿਰ ਹੱਠ ਨਹੀਂ ਛੱਡਦਾ, ਉਹਦੇ ਪਿੱਛੇ ਪਿਆ ਰਹਿੰਦਾ, ਜਦੋਂ ਤੱਕ ਉਹਨੂੰ ਮਾਰ ਨਹੀਂ ਦਿੰਦਾ ਉਦੋਂ ਤੱਕ ਉਹਦੇ ਪਿੱਛੇ ਪਿਆ ਰਹਿੰਦਾ, ਇਹੋ ਜਿਹਾ ਹੱਠੀਆ ਹੈ ਔਰੰਗਜ਼ੇਬ। ਯਾ ਤੇ ਪੁਗੈ ਨਾ ਬੈਰ ਇਸੀ ਸੰਗ, ਇਸ ਕਰਕੇ ਇਹਦੇ ਨਾਲ ਨਹੀਂ ਸੀ ਵੈਰ ਪੁੱਗਦਾ, ਇਹਦੇ ਨਾਲ ਕਦੇ ਗੁਰੂ ਘਰ ਦੀ ਦੁਸ਼ਮਣੀ ਨਹੀਂ ਸੀ ਪੁੱਗਣੀ। ਮੈਂ ਨਾ ਆਏ ਜੇ ਕਿਉਂ ਮਨ ਆਏ, ਜੇ ਮੈਂ ਨਾ ਆਉਂਦਾ ਤੇ ਫੇਰ ਇਹਨੇ ਵੈਰੀ ਬਣ ਜਾਣਾ ਸੀ ਗੁਰੂ ਘਰ ਦਾ, ਜਿਹਦਾ ਵੈਰੀ ਔਰੰਗਜ਼ੇਬ ਬਣ ਜੇ ਫਿਰ ਜਿਹਦੇ ਪਿੱਛੇ ਪੈ ਜੇ ਉਹਦਾ ਖਹਿੜਾ ਨਹੀਂ ਛੱਡਦਾ, ਇਹੋ ਜਿਹਾ ਹੱਠੀਆ ਹੈ ਔਰੰਗਜ਼ੇਬ, ਇਹ ਤਾਂ ਮੇਰੇ ਕਰਕੇ ਵੈਰ ਨਹੀਂ ਪਿਆ। ਔਰ ਅਨੇਕ ਹੁਤੇ ਬਿਘਨਾ, ਹੋਰ ਵੀ ਅਨੇਕਾਂ ਪ੍ਰਕਾਰ ਦੇ ਬਿਘਨ। ਰਾਮ ਰਾਏ ਸੋਚਦਾ ਵੀ ਦੁਨੀਆਂ ਮੇਰੇ ਤੇ ਟਿਕੀ ਹੋਈ ਹੈ, ਏਦਾਂ ਦੀ ਬਿਰਤੀ ਜਿਵੇਂ ਇੱਕ ਟਟੀਰੀ ਹੁੰਦੀ ਹੈ ਨਾ, ਉਹ ਰਾਤ ਨੂੰ ਲੱਤਾਂ ਉੱਪਰ ਕਰਕੇ ਸੌਂਦੀ ਹੈ, ਸੌਣ ਵੇਲੇ ਉਹਦੇ ਕਿਸੇ ਨੇ ਪੁੱਛਿਆ ਵੀ ਤੂੰ ਲੱਤਾਂ ਉੱਪਰ ਕਰਕੇ ਕਿਉਂ ਸੁੱਤੀ ਪਈ ਹੈ, ਕਹਿੰਦੀ ਅਸਮਾਨ ਮੈਂ ਹੀ ਲੱਤਾਂ ਤੇ ਚੁੱਕਿਆ ਹੋਇਆ, ਜੇ ਮੈਂ ਲੱਤਾਂ ਨਾ ਉੱਪਰ ਕਰਾਂ ਅਸਮਾਨ ਕਦੋਂ ਦਾ ਡਿੱਗ ਜਾਏ। ਏਦਾਂ ਦੀ ਬਿਰਤੀ ਰਾਮ ਰਾਏ ਨੂੰ ਬਣੀ ਹੋਈ ਹੈ ਵੀ ਮੈਂ ਆਇਆ ਤਾਂ ਨੀ ਜੰਗ ਹੋਈ, ਜੇ ਮੈਂ ਨਾ ਆਉਂਦਾ ਤੇ ਕਦੋਂ ਦਾ ਹੀ ਜੰਗ ਹੋ ਜਾਣਾ ਸੀ, ਬਾਦਸ਼ਾਹ ਨੇ ਕਿੰਨੀਆਂ ਫੌਜਾਂ ਭੇਜ ਦੇਣੀਆਂ ਸੀ, ਪਤਾ ਨੀ ਗੁਰੂ ਘਰ ਦਾ ਕੀ ਬਣਦਾ ਕੀ ਨਾ ਬਣਦਾ। ਏਦਾਂ ਦੀਆਂ ਸੋਚਾਂ ਕਰਕੇ ਹੰਕਾਰੀ ਬਣਿਆ ਰਾਮ ਰਾਏ, ਏਦਾਂ ਦੀਆਂ ਗੱਲਾਂ ਕਰਦਾ ਹੈ। ਔਰ ਅਨੇਕ ਉਤੇ ਬਿਘਨਾ ਸਭ ਦੂਰ ਕਰਾ ਟਿਗ ਸ਼ਾਹ ਮੈਂ ਆਇਓ, ਕਹਿੰਦਾ ਹੋਰ ਵੀ ਅਨੇਕਾਂ ਪ੍ਰਕਾਰ ਦੇ ਬਿਘਨ ਮੈਂ ਬਾਦਸ਼ਾਹ ਨਾਲ ਕੋਲ ਆ ਕੇ ਦੂਰ ਕੀਤੇ ਨੇ। ਬਾਸ ਕਰਿਓ ਸੁਖ ਸੋਪੁਰ ਕੀਰਤ, ਕੀਰਤਪੁਰ ਚ ਗੁਰੂ ਜੀ ਮੇਰੇ ਸਿਰ ਤੇ ਸੁਖ ਦੇ ਨਾਲ ਵਸਦੇ ਰਹੇ ਨੇ। ਸੇਵਕ ਸੇਵਕ ਕੇ ਸ਼ਾਹ ਬਣਾਇਓ, ਮੈਂ ਬਾਦਸ਼ਾਹ ਨੂੰ ਆਪਣਾ ਸੇਵਕ ਬਣਾ ਰੱਖਿਆ, ਇੱਥੇ ਮੈਂ ਬਾਦਸ਼ਾਹ ਨੂੰ ਆਪਣਾ ਗੁਲਾਮ ਬਣਾ ਰੱਖਿਆ। ਬ੍ਰਿੰਦ ਲਿਓ ਤਨ ਆਪ ਬੁਝਾਏ ਕੈ, ਮੈਂ ਆਪਣੀ ਪੂਜਾ ਕਰਵਾ ਕੇ ਬਾਦਸ਼ਾਹ ਕੋਲੋਂ ਕਿੰਨੀ ਮਾਇਆ ਲਈ ਹੈ। ਸ਼੍ਰੀ ਗੁਰ ਕੋ ਬੋ ਭਾਵ ਬਣਾਇਓ, ਗੁਰੂ ਘਰ ਦੀ ਭਾਵਨਾ ਬਾਦਸ਼ਾਹ ਦੇ ਮਨ ਚ ਵਧਾਈ ਹੈ। ਲਾਇਕੀਓ ਸਭ ਰੀਤ ਕਰੀ, ਔਰ ਹਰ ਪ੍ਰਕਾਰ ਨਾਲ ਮੈਂ ਗੁਰੂ ਘਰ ਦੀ ਲਾਇਕੀ ਸਿੱਧ ਕੀਤੀ ਹੈ। ਵਿੱਚ ਸ਼੍ਰੀ ਗੁਰੂ ਕੋ ਤੇ ਮੋਏ ਹਟਾਇਓ, ਪਰ ਵੇਖੋ ਮੈਂ ਲਾਇਕ ਸੀ, ਹਰ ਪੱਖ ਤੋਂ ਮੈਂ ਲਾਇਕ ਸੀ ਗੁਰਤਾ ਗੱਦੀ ਦੇ, ਪਰ ਮੇਰੇ ਪਿਤਾ ਜੀ ਨੇ ਮੇਰੇ ਨਾਲ ਗੁੱਸੇ ਹੋ ਕੇ ਮੈਨੂੰ ਲਾਇਕ ਨਾ ਜਾਣ ਕੇ ਗੁਰਤਾ ਗੱਦੀ ਮੇਰੇ ਤੋਂ ਖੋਹ ਲਈ, ਮੈਨੂੰ ਗੁਰਤਾ ਗੱਦੀ ਦਾ ਮਾਲਕ ਨਹੀਂ ਬਣਾਇਆ। ਲਗੂ ਲਗੂ ਨੰਦਨ ਮੈਂ ਗੁਣ ਕੋਨ ਲਖੈ, ਆਪਣੇ ਛੋਟੇ ਪੁੱਤਰ ਚ ਉਹਨਾਂ ਨੇ ਇਹੋ ਜਿਹਾ ਕਿਹੜਾ ਗੁਣ ਵੇਖ ਲਿਆ ਜਿਹੜਾ ਮੇਰੇ ਵਿੱਚ ਨਹੀਂ, ਕਿਹੜਾ ਗੁਣ ਇਹੋ ਜਿਹਾ ਆਪਣੇ ਛੋਟੇ ਪੁੱਤਰ ਚ ਵੇਖ ਲਿਆ ਹੈ। ਸਭ ਸੰਗਤ ਮੈਂ ਜਿਸ ਦੇ ਵਡਿਆਈ, ਸਾਰੀ ਸੰਗਤ ਵਿੱਚ ਉਹਨਾਂ ਨੂੰ ਵਡਿਆਈ ਦੇ ਦਿੱਤੀ, ਛੋਟੇ ਪੁੱਤਰ ਨੂੰ ਗੁਰਤਾ ਦੇ ਦਿੱਤੀ ਹੈ। ਓਏ ਆਪ ਖਰੇ
ਗੁਰਤਾ ਅਰਪੀ। ਆਪ ਖਲੋ ਕੇ ਗੁਰਤਾ ਗੱਦੀ ਛੋਟੇ ਪੁੱਤਰ ਨੂੰ ਦਿੱਤੀ ਹੈ। ਪੁਨ ਸੇਵਕ ਬ੍ਰਿੰਦਨ ਪਾਏ ਲਗਾਏ, ਆਪਣੇ ਸਾਰੇ ਸੇਵਕਾਂ ਨੂੰ ਉਹਦੇ ਚਰਨੀ ਲਾ ਦਿੱਤਾ, ਉਹਦੇ ਚਰਨੀ ਪਾ ਦਿੱਤਾ। ਸਭ ਪੁੰਜ ਮੁਸੰਦਨ ਕੋ ਕਹਿ ਕਹਿ, ਜਿੰਨੇ ਮਸੰਦਾਂ ਦੇ ਪੁੰਜ ਆਏ ਸਨ ਉਹਨਾਂ ਸਾਰਿਆਂ ਨੂੰ ਹੁਕਮ ਕਰਕੇ, ਅਰ ਪਾਏ ਉਪਾਇਨ ਕੋ ਸਮਦਾਏ, ਉਹਨਾਂ ਕੋਲੋਂ ਸਾਰਿਆਂ ਕੋਲੋਂ ਭੇਟਾਵਾਂ ਆਪਣੇ ਛੋਟੇ ਪੁੱਤਰ ਹਰ ਕ੍ਰਿਸ਼ਨ ਨੂੰ ਭੇਟਾ ਕਰਵਾ ਦਿੱਤੀਆਂ। ਰਿਪ ਕੇ ਸਮਝਾਨ ਨਹੀਂ ਸਿਮਰਿਓ ਮੁਝ, ਮੈਨੂੰ ਤਾਂ ਦੁਸ਼ਮਣ ਹੀ ਬਣਾ ਲਿਆ ਪਿਤਾ ਜੀ ਨੇ, ਤੇ ਮੈਨੂੰ ਦੁਸ਼ਮਣ ਜਾਣ ਕੇ ਮੈਨੂੰ ਯਾਦ ਤੱਕ ਨਹੀਂ ਕੀਤਾ, ਬੁਲਾਇਆ ਤੱਕ ਨਹੀਂ। ਐਸ ਵਿਚਾਰਤ ਮੈਂ ਦੁੱਖ ਪਾਏ, ਇਹੋ ਜੀ ਵਿਚਾਰ ਕਰਕੇ ਮੈਂ ਦੁਖੀ ਹੁੰਨਾ ਭਾਈ ਗੁਰਦਾਸ ਜੀ, ਮੈਨੂੰ ਇਸ ਗੱਲ ਦੀ ਚਿੰਤਾ ਹੈ। ਮੈਂ ਅਬ ਕਾਨ ਸੁਨੀ ਬਹੁ ਪਾਸ ਤੇ ਸੰਗਤ ਬ੍ਰਿੰਦੀ ਆਵਤ ਹੈ। ਕਹਿੰਦੇ ਹੁਣ ਮੈਨੂੰ ਇਹ ਖਬਰ ਸੁਣੀ ਮੈਂ ਆਪਣੇ ਕੰਨੀ, ਨਵੀਂ ਗੱਲ ਮੇਰੇ ਕੰਨੀ ਪਈ ਹੈ ਕਿ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਕੋਲ ਵੀ ਸੰਗਤਾਂ ਬੜੀਆਂ ਆਉਣ ਲੱਗ ਪਈਆਂ, ਉਹਨਾਂ ਕੋਲ ਵੀ ਬੜੀ ਸੰਗਤ ਆਉਣ ਲੱਗ ਪਈ ਹੈ, ਉਹਨਾਂ ਦੀ ਵੀ ਬੜੀ ਪੂਜਾ ਹੋਣ ਲੱਗ ਪਈ ਹੈ। ਕਾਬਲ ਉਹ ਕਸ਼ਮੀਰ ਤੇ ਆਦਕ, ਕਾਬਲ ਤੋਂ ਸੰਗਤ ਆਉਂਦੀ ਉਹਨਾਂ ਕੋਲ, ਕਸ਼ਮੀਰ ਤੋਂ ਸੰਗਤ ਉਹਨਾਂ ਕੋਲ ਆ ਰਹੀ ਹੈ। ਦੇਸ਼ ਵਿਸਾਲ ਸੁਹਾਵਤ ਹੈ, ਵੱਡੇ ਵੱਡੇ ਦੇਸ਼ਾਂ ਤੋਂ ਉਹਨਾਂ ਕੋਲ ਸੰਗਤਾਂ ਚੱਲ ਕੇ ਆ ਰਹੀਆਂ ਹਨ। ਆਗੇ ਮਸੰਦ ਹੈ ਲਿਆਵਤ ਸਿੱਖਣ, ਜਿਹੜੇ ਨੇ ਆਪ ਸੰਗਤ ਨੂੰ ਪ੍ਰੇਰ ਪ੍ਰੇਰ ਕੇ ਉਹਨਾਂ ਕੋਲ ਲੈ ਕੇ ਆਉਂਦੇ ਨੇ। ਸਮੂਹ ਚਡਾਵਤ ਹੈ, ਔਰ ਅਨੇਕਾਂ ਭੇਟਾਵਾਂ ਉਹਨਾਂ ਦੇ ਚਰਨਾਂ ਵਿੱਚ ਚੜਾਉਂਦੇ ਹਨ। ਪੀਰ ਰਹਿ ਪੁਰ ਕੀਰਤ ਮੈਂ, ਔਰ ਬੜੀ ਭਾਰੀ ਕੀਰਤੀ ਉਹਨਾਂ ਦੀ ਸਾਰੇ ਪਾਸੇ ਪ੍ਰਗਟ ਹੋ ਰਹੀ ਹੈ, ਤੇ ਕੀਰਤਪੁਰ ਵਿੱਚ ਬੜੀ ਭੀੜ ਰਹਿੰਦੀ ਹੈ। ਨਿਤ ਕੀਰਤ ਉਜਲ ਗਾਵਤ ਹੈ, ਉਹਨਾਂ ਦੀ ਉਜਵਲ ਕੀਰਤੀ ਗਾਈ ਜਾਂਦੀ ਹੈ। ਮੋਹ ਤੇ ਵਿਸਾਲ ਪ੍ਰਤਾਪ ਭਇਓ ਤਿਤ, ਉਹਨਾਂ ਦਾ ਪ੍ਰਤਾਪ ਮੇਰੇ ਨਾਲੋਂ ਵੀ ਵੱਧ ਕਰਕੇ ਪ੍ਰਗਟ ਹੋ ਗਿਆ। ਯੋ ਸੁਣ ਮੋਏ ਨਾ ਚੈਨ ਪਰੈ, ਇਹ ਸੁਣ ਕੇ ਮੈਨੂੰ ਨੀ ਚੈਨ ਪੈਂਦਾ ਕਿ ਮੇਰੇ ਸ਼ਰੀਕ ਨੂੰ ਏਡੀ ਵਡਿਆਈ ਪ੍ਰਾਪਤ ਹੋ ਰਹੀ ਹੈ। ਰਹਿਣ ਦਿਨਾ ਚਿਤ ਚਿਤ ਬਦੈ, ਰਾਤ ਦਿਨ ਮੇਰੇ ਮਨ ਚ ਚਿੰਤਾ ਵਧਦੀ ਹੈ। ਅਸ ਹੋਏ ਨਮੋ ਸਭ ਤਿਆਗ ਕਰੈ, ਇਹੋ ਜੀ ਗੱਲ ਨਾ ਹੋ ਜਾਏ ਕਿਤੇ ਕਿ ਸਾਰੇ ਮੈਨੂੰ ਛੱਡ ਕੇ ਉਹਦੇ ਚੇਲੇ ਬਣ ਜਾਣ। ਲੋਕਨ ਕੇਰ ਸੁਭਾਵ ਹੈ, ਲੋਕਾਂ ਦਾ ਸੁਭਾਵ ਹੀ ਇਸ ਤਰ੍ਹਾਂ ਦਾ ਹੁੰਦਾ ਹੈ। ਲੋਕਤ ਆਪ ਮੈਂ ਰੀਸ ਧਰੈ, ਆਪ ਵਿੱਚ ਇੱਕ ਦੂਜੇ ਨੂੰ ਵੇਖ ਕੇ ਰੀਸ ਕਰੀ ਜਾਂਦੇ ਨੇ। ਜੇ ਲੋਕ ਉਧਰ ਜਾਣ ਲੱਗ ਪਏ ਤੇ ਲੋਕ ਰੀਸ ਕਰਕੇ ਸਾਰੇ ਉਧਰ ਜਾਣਗੇ, ਫਿਰ ਮੇਰੀ ਪੂਜਾ ਕਿਹਨੇ ਕਰਨੀ ਹੈ? ਪੂਜਨ ਤਾਂ ਨਹੀਂ ਲੱਗ ਜਾਏ, ਜੇ ਸਾਰੀ ਦੁਨੀਆ ਉਹਦੀ ਨਾ ਪੂਜਾ ਕਰਨ ਲੱਗ ਪਵੇ। ਜੋ ਹੈ ਮਮ ਸੇਵਕ ਸੋ ਨਾ ਟਰੈ, ਪਰ ਜਿਹੜੇ ਮੇਰੇ ਪੱਕੇ ਸੇਵਕ ਨੇ ਉਹ ਤਾਂ ਨਹੀਂ ਜਾਂਦੇ, ਪਰ ਜਿਹੜੇ ਆ ਨਵੇਂ ਨਵੇਂ ਮੇਰੇ ਸੇਵਕ ਨੇ ਕਿਤੇ ਇਹ ਵੀ ਨਾ ਉਧਰ ਜਾਣ ਲੱਗ ਪੈਣ। ਦੋਏ ਰਾਮ ਰਾਏ ਔਰ ਈਰਖਾ ਲਘੂ ਪ੍ਰਾਤਾ ਸੰਗ ਧਾਰ, ਬਾਬਾ ਰਾਮ ਰਾਏ ਜੀ ਆਪਣੇ ਛੋਟੇ ਭਰਾਤਾ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ ਈਰਖਾ ਕਰਦਾ। ਚਿਤਵਤ ਅਨਕੀ ਉਪਾਏ ਕੋ ਨਿਤ ਚਿਤ ਚਿੰਤ ਮਜਾਰ, ਅਨੇਕਾਂ ਤਰ੍ਹਾਂ ਦੇ ਉਪਾਅ ਚਿਤਵ ਦਾ ਮਨ ਚ ਚਿੰਤਾ ਹੈ ਕਿ ਮੇਰੀ ਵਡਿਆਈ ਕਿਤੇ ਘੱਟ ਨਾ ਜਾਵੇ, ਮੇਰਾ ਪ੍ਰਤਾਪ ਕਿਤੇ ਘੱਟ ਨਾ ਜਾਵੇ, ਏਦਾਂ ਦਾ ਫਿਕਰ ਬਾਬੇ ਰਾਮ ਰਾਏ ਦੇ ਮਨ ਚ ਪਿਆ ਹੋਇਆ। ਔਰ ਈਰਖਾ ਕਰਕੇ ਦੁਆਇਸ਼ ਕਰਕੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਪ੍ਰਭਾ ਨੂੰ ਘਟਾਉਣਾ ਚਾਹੁੰਦਾ ਹੈ, ਪਰ ਸਤਿਗੁਰਾਂ ਦੀ ਵਡਿਆਈ ਦਿਨ ਪ੍ਰਤੀ ਦਿਨ ਜਿਵੇਂ ਸਮਾਂ ਬੀਤ ਰਿਹਾ ਹੋਰ ਉਜਾਗਰ ਹੋ ਰਹੀ।